वाहेगुरु सतनाम श्री वाहेगुरु गुरु नानक अंगद गुरु अमरदास पद बंद रामदास अर्जन गुरु बर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण हर बिंद एकंकारा सतगुरु तेह प्रसाद सच होए वाहे गुरु जी की फतेह है बिघ्न बिना मैं बल बल जावा ऐसा गुरां तो जी मैं बल बल ऐसा गुरां तो मैं बल बल जावा गुरां तो जी मैं बल बल जावा बल बल जावा बल बल जावा गुरां तो बल बल जावा जी मैं गुरां तो नारायण नरपत नमस्कार ऐसे गुर कौ बल बल जाइए आप मुक्त मोहे तार कवन 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 गुण कहिए अंत नहीं किश पार लाख 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 कई कोर को है सो विचार विषम 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 ही पई है लाल गुलाल रंगार कहो नानक संतन रस आई है ज्यों चाख गुंगा मुस्कार
आप मुक्त मोहे तारे दिए से गुर को बल बल जाइए। आप मुक्त मोहे तारे ऐसे गुर को बल बल जाइए। आप मुक्त मोहे तारे जी ऐसे गुर को, आप मुक्त मोहे तारे ऐसे गुर को बल बल जाइए। परम सत्कार योग सतगुरों की सजी नवाजी गुरु का खास रूप गुरु खालसा सतसंग जी दूरों नेड़ों चल के सतगुरों के पावन पवित्र दरबार दी हाजरियां भर के काफ़ी समय तो इस गुरु घर दे विच सेवा कर रहे ने। काफ़ी समय तो बहुत समा हो गया देखदियां, जिन्हां विच सेवा भावना है सच्चे पातशाह दा सत्कार हर रोज़ जिहड़े इस गुरु घर च कथा भी करदे ने बाबा ग्रंथी जी। ये थोड़े ग्रंथी सिंघां विच गुण पाए जांदे ने, सेवा भावना होनी गुरु प्रति, सिक्खी दा प्रचार प्रसार करना नाल उन्होंने संगतां नूं सब ते उत्तम हर की कथा सरवण कराई है। उपरंत गुरबाणी दा हरी जस कीर्तन सरवण कीता है। जो समा अपने को रह गया है थोड़ा जिहा, उन्हों आपां सारी संगत ने रल मिल के हर कियां कथा कहानियां करके अते सुन के अपने समय नूं अते स्वासां नूं कीमती बनाउणा है, क्योंकि जिंदगी दा उही समा कीमती है, उही सफल है, उही लेखे विच है जिहड़ा परमेश्वर दी याद विच गुजरदा है। सिमरन करदियां, सेवा करदियां, संगत करदियां जिहड़ा समा बतीत हुंदा है, जिंदगी दा उही समा लेखे विच। समा बतीत तां सारयां दा ही हो रहा है, चाहे कोई चंगे कर रहा है चाहे माड़े कर रहा है, उन्हां दा भी समा बतीत हो रहा है, पर अपना सफला हो रहा है। जिहड़े आपां मार दी हजूरी च बैठे हाँ, उहदी याद विच बैठे हाँ, संगत विच बैठे हाँ, जिहड़े
ਇਹ ਸਮਾਂ ਸਫਲਾ ਹੈ ਅਤੇ ਲੇਖੇ ਵਿੱਚ ਹੈ। ਕਬੀਰ ਇੱਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਜਿੰਨਾ ਵੀ ਸਮਾਂ ਭਾਵ ਕੇ ਇੱਕ ਘੜੀ 24 ਮਿੰਟ, ਅੱਧੀ ਘੜੀ 12 ਮਿੰਟ, ਆਦਿ ਹੂੰ ਤੇ ਆਦ 6 ਮਿੰਟ, ਜਿੰਨਾ ਵੀ ਸਮਾਂ ਉਹਦੀ ਯਾਦ ਵਿੱਚ ਬਤੀਤ ਹੁੰਦਾ ਸਫਲ ਹੈ ਲੇਖੇ ਵਿੱਚ। ਬਾਕੀ ਕਿਸੇ ਕੰਮ ਨਹੀਂ, ਬਤੀਤ ਸਾਰਿਆਂ ਦਾ ਹੀ ਹੋ ਰਿਹਾ ਹੈ। ਬਾਕੀ ਸਮੇਂ ਨੂੰ ਵੀ ਆਪਾਂ ਸਫਲਾ ਕਰਨਾ ਹੈ। ਜਿਤਨੀ ਸੰਗਤ ਗੁਰਚਰਨਾਂ ਵਿੱਚ ਸਜੀ ਬੈਠੀ ਹੈ ਜਾਂ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਨ ਵਾਸਤੇ ਆ ਰਹੀ ਹੈ, ਸਾਰੇ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀ ਜਲਮਾਣਾ ਨਗਰ ਦੀ ਸੰਗਤ ਨੂੰ ਅਥਵਾ ਇਲਾਕਾ ਨਿਵਾਸੀ ਸੰਗਤਾਂ ਨੂੰ ਐਤਕੀ 5 ਦੀਵਾਨ ਮਿਲੇ ਸਨ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ 5ਵਾਂ ਦੀਵਾਨ ਪ੍ਰਾਰੰਭ ਹੈ। ਭਾਵ ਕਿ ਅੱਜ ਇਸ ਪੰਡਾਲ ਦਾ ਅਖੀਰਲਾ ਦੀਵਾਨ, 5 ਦਿਨਾਂ ਤੋਂ ਗੁਰੂ ਕੇ ਲੰਗਰ ਗੁਰੂ ਕੇ ਭੰਡਾਰੇ ਜਾਰੀ ਨੇ। ਭਾਵੇਂ ਇਸ ਸਥਾਨ 'ਤੇ ਸੇਵਾ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਸੁੱਖਾ ਸਿੰਘ ਜੀ ਸੰਗਤ ਵਿੱਚ ਪਹੁੰਚੇ ਨੇ, ਕਰਨਾਲ ਸੇਵਾ ਚੱਲਦੀ ਇਹਨਾਂ ਦੀ, ਬਹੁਤ ਸਥਾਨਾਂ ਦੀ ਸੇਵਾ ਕਰਾ ਰਹੇ ਨੇ। ਇੱਥੇ ਹਰ ਵੇਲੇ ਲੰਗਰ ਚੱਲਦਾ ਭਾਵੇਂ, ਪਰ ਇਹ ਜਿਹੜਾ 5 ਦਿਨਾਂ ਦਾ ਸਮਾਗਮ ਰੱਖਿਆ ਗਿਆ ਸੀ, ਇੱਥੇ 5 ਦਿਨ ਗੁਰੂ ਕੇ ਲੰਗਰ, 5 ਦਿਨਾਂ ਦਾ ਕਥਾ ਕੀਰਤਨ ਦਾ ਪ੍ਰਵਾਹ, 5 ਦਿਨਾਂ ਤੋਂ ਇਸੇ ਤਰ੍ਹਾਂ ਹੀ ਸੰਗਤ ਬਹੁਤ ਗਿਣਤੀ 'ਚ ਹਾਜ਼ਰੀਆਂ ਭਰਦੀ ਰਹੀ ਹੈ। ਬੜੀ ਸ਼ਰਧਾ ਬੜੇ ਪ੍ਰੇਮ ਦਾ ਸਬੂਤ ਦਿੱਤਾ ਸੰਗਤ ਨੇ। ਇਹਨਾਂ ਦੇ ਉੱਦਮ ਦਾ ਸਦਕਾ ਜੋ ਬਹੁਤ ਸਾਰੀ ਸੰਗਤ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ ਚੜ੍ਹੇ ਨੇ। ਅੱਜ ਉਹ ਗੁਰੂ ਦੇ ਬਣ ਗਏ ਨੇ, ਗੁਰੂ ਅੱਜ ਉਹਨਾਂ ਦਾ ਬਣ ਗਿਆ। ਕਲਗੀਧਰ ਪਾਤਸ਼ਾਹ ਨੂੰ ਦੌਲੇ ਸ਼ਾਹ ਨੇ, ਰੋਪੜ ਦੇ ਇਲਾਕੇ 'ਚ ਰਹਿੰਦਾ ਸੀ ਦੌਲੇ ਸ਼ਾਹ, ਜਦੋਂ ਆਨੰਦਪੁਰੀ ਵਸਾਰੇ ਸੀ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਨੂੰ ਪੁੱਛਿਆ ਸੀ ਵੀ ਤੁਹਾਨੂੰ ਕੀ ਲੋੜ ਹੈ ਨਗਰ ਵਸਾਉਣ ਦੀ, ਬਿਲਡਿੰਗਾਂ ਬਣਾਉਣ ਦੀ। ਇਹਦਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਸੁਪਨੇ 'ਚ ਸ਼ੰਕਾ ਨਿਵਿਰਤ ਕਰ ਦਿੱਤਾ ਸੀ। ਇਹ ਫਿਰ ਕਲਗੀਧਰ ਪਾਤਸ਼ਾਹ ਨੂੰ ਵੀ ਮਿਲਿਆ ਸੀ, ਇਹਨੇ ਪੁੱਛਿਆ ਸੀ ਤੁਹਾਡਾ ਪਿਆਰ ਕਿਹੜੀ ਚੀਜ਼ ਨਾਲ ਹੈ, ਤੁਹਾਡਾ ਮਕਾਨਾਂ ਨਾਲ ਪਿਆਰ ਹੁੰਦਾ, ਆਨੰਦਪੁਰੀ ਨਾ ਛੱਡ ਕੇ ਆਉਂਦੇ, ਮਾਇਆ ਨਾਲ ਪਿਆਰ ਹੁੰਦਾ, ਸਤਲੁਜ 'ਚ ਨਾ ਸੌਂਪਦੇ, ਪਿਤਾ ਨਾਲ ਪਿਆਰ ਹੁੰਦਾ 9 ਸਾਲ ਦੀ ਉਮਰ 'ਚ ਦਿੱਲੀ ਵੱਲ ਆਪ ਨਾ ਘੱਲਦੇ ਉਹਨਾਂ ਨੂੰ,
ਅਤੇ ਸਭ ਤੋਂ ਪਿਆਰੇ ਪੁੱਤਰ ਹੁੰਦੇ ਨੇ। ਜੇ ਪੁੱਤਰ ਵੀ ਪਿਆਰੇ ਹੁੰਦੇ ਤਾਂ ਆਪਣੇ ਹੱਥੀਂ ਤਿਆਰ ਕਰ ਕਰਕੇ ਜੰਗ 'ਚ ਨਾ ਭੇਜਦੇ। ਇਹ ਦੱਸੋ ਤੁਹਾਨੂੰ ਪਿਆਰ ਕਿਹੜੀ ਚੀਜ਼ ਨਾਲ ਹੈ, ਕਿਹੜੀ ਦੁਨੀਆ ਦੀ ਚੀਜ਼ ਤੁਹਾਨੂੰ ਪਿਆਰੀ ਲੱਗਦੀ ਹੈ, ਕਿਹਦੇ ਨਾਲ ਪਿਆਰ ਤੇਰਾ ਦਸੀਂ ਦਸ਼ਮੇਸ਼ ਪਿਤਾ, ਆਏ ਕੇ ਫਕੀਰ ਇੱਕ ਅਰਜ ਗੁਜ਼ਾਰਦਾ। ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ, ਪੁੱਤਾਂ ਨਾਲ ਪਿਆਰ ਹੁੰਦਾ ਜੰਗ 'ਚ ਨਾ ਵਾਰਦਾ। ਮਾਇਆ ਨਾਲ ਪਿਆਰ ਹੁੰਦਾ ਨਦੀਆਂ 'ਚ ਰੋੜਦਾ ਨਾ, ਪੁਰੀ ਨਾਲ ਪਿਆਰ ਹੁੰਦਾ ਨੰਦ ਨਾ ਵਿਸਾਰਦਾ। ਅੱਗੋਂ ਹੱਸ ਬੋਲੇ ਸ੍ਰੀ ਦਸ਼ਮੇਸ਼ ਪਿਤਾ, ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਧਾਰਦਾ। ਫਕੀਰ ਸਾਈਂ ਮੈਨੂੰ ਸਭ ਤੋਂ ਪਿਆਰਾ ਖੰਡੇ ਬੱਟ ਦਾ ਅੰਮ੍ਰਿਤਧਾਰੀ ਸਿੰਘ ਹੈ ਜਿਹੜਾ, ਉਹ ਮੈਨੂੰ ਆਪਣੇ ਪ੍ਰਾਣਾਂ ਨਾਲੋਂ ਵੀ ਪਿਆਰਾ ਹੈ। ਖਾਲਸਾ ਮੇਰੀ ਜਾਨ ਕੀ ਜਾਨ, ਇੰਨਾ ਪਿਆਰ ਹੈ ਮੇਰਾ ਉਹਨਾਂ ਦੇ ਨਾਲ। ਅੱਜ ਉਹ ਕਲਗੀਧਰ ਪਾਤਸ਼ਾਹ ਦੇ ਪਿਆਰੇ ਬਣੇ ਨੇ ਜਿਨ੍ਹਾਂ ਨੇ ਖੰਡੇ ਵੱਟ ਦਾ ਅੰਮ੍ਰਿਤ ਪਾਨ ਕੀਤਾ। ਜਿਹੜੇ ਕਿਸੇ ਵਜ੍ਹਾ ਤੋਂ ਰਹਿ ਗਏ, ਕਿਸੇ ਕਾਰਨ ਤੋਂ ਲੇਟ ਹੋ ਗਏ ਜਾਂ ਤਿਆਰ ਨਹੀਂ ਹੋ ਸਕੇ, ਜਿੱਥੇ ਅੰਮ੍ਰਿਤ ਤਿਆਰ ਹੋਵੇ ਅੰਮ੍ਰਿਤ ਗੁਰੂ ਦਾ ਹੈ, ਅਤੇ ਗੁਰੂ ਦਾ ਹੀ ਸਮਝ ਕੇ ਅੰਮ੍ਰਿਤ ਛਕਣਾ। ਇਹਨੂੰ ਕਿਸੇ ਦਾ ਉੱਥੋਂ ਅੰਮ੍ਰਿਤ ਛਕਿਆ, ਮੈਂ ਉਹਦਾ ਅੰਮ੍ਰਿਤ ਛਕਿਆ, ਕਿਸੇ ਦਾ ਅੰਮ੍ਰਿਤ ਨਹੀਂ ਹੈ। ਅੰਮ੍ਰਿਤ ਪੀਆ ਸਤਿਗੁਰੂ ਦੀਆ, ਅਵਰ ਨਾ ਜਾਣਾ ਦੂਆ ਤੀਆ। ਕਿਸੇ ਦਾ ਕਦੇ ਵੀ ਅੰਮ੍ਰਿਤ ਨਹੀਂ ਕਹਿਣਾ ਇਹਨੂੰ। ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ ਹੈ, ਇੱਕੋ ਹੀ ਅੰਮ੍ਰਿਤ। ਜੇ ਫਰਕ ਹੈ ਤਾਂ ਆਪਣੀ ਕਮਾਈ ਦਾ ਹੈ, ਕਮਾਈ ਦਾ ਫਰਕ ਹੋ ਸਕਦਾ। ਅੰਮ੍ਰਿਤ ਨੂੰ ਕਿਸੇ ਨਾਲ ਨਹੀਂ ਜੋੜਨਾ ਕਦੀ, ਉਹਦਾ ਅੰਮ੍ਰਿਤ ਇੱਥੋਂ ਅੰਮ੍ਰਿਤ ਉੱਥੇ ਅੰਮ੍ਰਿਤ। ਅਸੀਂ ਅੰਮ੍ਰਿਤ ਛੱਕ ਕੇ ਗੁਰੂ ਦੇ ਸਿੰਘ ਬਣਿਆ, ਕਿਸੇ ਦੇ ਨਹੀਂ ਬਣੇ। ਆ ਜਿਹੜਾ ਉਹਦਾ ਇਹਦਾ ਫਿਰ ਤਾਂ ਆਪਾਂ ਗੁਰੂ ਨਾਲ ਹੀ ਨਾ ਜੁੜੇ, ਉਹਦੇ ਨਾਲ ਜੁੜੇ ਹੋਏ ਹਾਂ ਆਪਾਂ। ਆਪਾਂ ਗੁਰੂ ਦੇ ਸਿੰਘ ਹਾਂ, ਗੁਰੂ ਦਾ ਅੰਮ੍ਰਿਤ ਹੈ। ਜਿੱਥੇ ਪੰਜ ਪਿਆਰੇ ਅੰਮ੍ਰਿਤ ਛਕਾਉਣ, ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਜਾਣਾ, ਨਗੁਰਾਂ ਨਹੀਂ ਰਹਿਣਾ ਹੈ। ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ। ਉਹਨਾਂ ਦਾ ਅੱਜ ਜਨਮ ਗੁਰੂ ਘਰ ਵਿੱਚ ਹੋਇਆ, ਉਹ ਵਧਾਈ ਦੇ ਪਾਤਰ ਨੇ। ਸੋ ਸਤਿਸੰਗ ਜੀ, ਆਪਣੀ ਵਿਚਾਰ ਪਹਿਲੇ ਦੀਵਾਨ ਤੋਂ ਸੇਵਾ 'ਤੇ ਚੱਲ ਰਹੀ ਹੈ। ਗੁਰੂ ਨਾਨਕ ਦੇ ਘਰ ਦੇ ਦੋ ਸਾਧਨ ਨੇ, ਸੇਵਾ ਅਤੇ ਸਿਮਰਨ। ਸਰੀਰ ਕਰਕੇ ਸੇਵਾ ਅਤੇ ਮਨ ਕਰਕੇ ਸਿਮਰਨ। ਸੇਵਾ ਮਨ ਨੂੰ ਸ਼ੁੱਧ ਕਰਦੀ ਹੈ, ਸਿਮਰਨ ਮਨ ਨੂੰ ਇਕਾਗਰ ਕਰ ਦਿੰਦਾ ਹੈ। ਸ਼ੁੱਧ ਅਤੇ ਇਕਾਗਰ ਮਨ ਗਿਆਨ ਦਾ ਅਧਿਕਾਰੀ ਹੈ। ਮੈਲਾ ਅਤੇ ਖਿੰਡਿਆ ਮਨ ਸਾਰੀ ਜ਼ਿੰਦਗੀ ਗਿਆਨ 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 ਕਰਦਾ ਰਹੇ, ਕਦੇ ਗਿਆਨ ਨਹੀਂ ਹੋ ਸਕਦਾ।
पर गुरु घर गुरबाणी च महर ने ज़्यादा सेवा दा भी जे कुछ सेवा ही कर लवे ना भावना नाल श्रद्धा नाल सेवा करन वाले नूं सब कुछ प्राप्त हो जांदा गुरु घर च। सतगुर की सेवा सफल है जे को करे चित लाए मन चिंदिया फल पावना होमै विचों जाए। कोई कर लवे सेवा जे किसनू शंका है पर दिन ना गिनी जाए भी 40 दिन हो गए झाड़ू मारदियां नू कम तो होया नहीं चलो हूँ 41वें दिन झोला लैके होर थां चलने कितने हूँ तू तो बाद जाना गुरु नूं पहले ही पता है तो थां थां ते फिरन वाला है फिर भावें सारी उम्र करी जाई फिर नहीं लेखे च पैनी चित ला के करनी है भरोसे नाल। कई वीर गुरु परखदा भी है ना भी कितने मतलब दा तो नहीं प्रेम रखदा भी मेरा वीजा लग जाए मैं सुखमनी साहब का पाठ रोज़ करा जदों लग गया मुड़ के जपजी साहब का भी छड गया। बड़े देखे ने असी भुल जाते ने सेवा करा करांगे जी असी मुड़ के सेवा तो कि फतेह भी नहीं बुलाई कदे। बड़िया नूं दातां मिलियां गुरु नानक दे घरों कहिंदे सी नहीं छड्डदे कदे सेवा पर हुण कदे दर्शन मेला ही नहीं होया। जिहड़ा मतलब वाला है वह रब दे घर कित्थे आपां नहीं उहनूं बरूं ते पैर धरन दिंदे भी तू तां मतलबी बंदा उदों आउंदा जदों कम हुंदा है हुण जा के वड़िया ही नहीं कदे इत्थे मतलब ही नहीं वास्ते नहीं है सौदाबाजी नहीं करनी महाराज दे नाल वो तो फिर व्यापार हो गया ना असी सेवा करांगे तू साडा कम करी ये तो लैण देण हो गया ना फिर तू सेवा कर गुरु बिना कहण तो जानदा तेरिया मनोकामना सब पूरियां कर देगा सत्संग जी। गुरुआं ने आप भी सेवा कीती है सानू तां उपदेश दिता है पहला आप करके अज असी आप तां कदी भांडा नहीं मांजे आप कदे टोकरी नहीं ढोई आप कदे झाड़ू की सेवा नहीं कीती कदे वरताया नहीं लंगर च हाँ उपदेश दे रहे हैं भी सेवा करनी चाहिए। जे तुहाडे चो उठ के सानू पुछ ले तुसी आप भी कीती है कदे पर साडा हाल हिला ते ही है ना अवर उपदेश है आप ना करे ते फिर आही है खड़का दड़का जाइए जे फोके फैर जे होंदे ना फटड़ कोई भी नहीं होंदा है। जिहड़े आप करदे ने ते कहिंदे ने फिर असर भी हुंदा सत्संग जी। गुरु रामदास महाराज चूना मंडी लाहौर च जन्म होया महाराज का चूना मंडी लाहौर 2 साल दे होए माता सचखंड चले गए सत साल दे होए पिता सिर तों साया उठ गया हुण ना माता है ना पिता है। कुछ चिर नानी ने परवरिश कीती संभाल कीती फिर थोड़ा बहुता लोड़ींदा समान नानके नगर लै आए बासर के
थोड़ा चिर बासर के रहे। गुरु अंगद देव जी महाराज ने हुक्म किया सी गुरु अमरदास महाराज नूं कि तुसी गोइंदवाल नगर वसाओ। गोंदे खत्री दी पैली च नगर वसाया महाराज ने। इत्थे टप्पा गुरु अंगद देव जी महाराज ने लाया, सेवा गुरु अमरदास महाराज ने करवाई, टोकरी गुरु रामदास महाराज ने ढोई। ओ गोइंदवाल जिथे बाबा बुढ़ा साहब टोकरी ढोंदे रहे, जिथे भाई गुरदास जी का जन्म होया, जिथे धन गुरु अर्जन देव जी महाराज दे 11 साल लंघे बचपन दे, ते जन्म भी श्री अमृतसर दा है, श्री गोइंदवाल साहब का गुरु अर्जन देव जी महाराज। 11 साल बचपन गुरु अमरदास महाराज दे नाने दे कोल रहे। एडी महान धरती है गोबिंदवाल गोबिंदपुरी सम सचखंड वर्गी है धरती गोइंदवाल दी। इत्थे नगर वसा रहे सी, सेवा चल रही सी। फिर गुरु रामदास महाराज दे नानी इन्हां नूं गोइंदवाल लै आए। टोकरी च घुंघणियां बना दिंदी है, कुछ वेच आउंदे ने, कुछ गुरसिखां नूं साधुआं नूं छका आउंदे ने। जिहड़ा समां बच जांदा है फिर उत्थे सेवा चलदी है बौली साहिब। उत्थे सेवा करदे ने गुरसिखां नूं देख के, नाले बाणी सिमरन करदे ने, ते सेवा बड़ी भावना से करदे ने, श्रद्धा नाल गुरु दा भय रख के मन च सेवा करनी। ये नहीं सिर ते टोकरी चुकी है जवान नाल चुगलियां कर रहे, निंदा कर रहे। जिथे सेवा कीतियां चारे पदार्थ मिल जाते ने, उत्थे सेवा करन वाले नूं परहेज भी करना पैंदा है कुछ। जिवें किसे नूं खंघ होई होवे ना सियाल दे विच, अज कल हो जाती है खंघ, तो किसे स्याने डॉक्टर तो लै के आवे दवाई 500-400 दी, ते दवाई लै के आउंदिया राह च 2 रुपया दे पकौड़े लै के खा लवे, वो 500 वाली दवाई नहीं कम करेगी जिन्ना 2 रुपये वाले कम करनगे, फिर नहीं ना हटेगी। जे सेवा ते सिमरन करना है फिर चुगली ते निंदिया दी खटियाई दा परहेज करना पएगा, फिर असर होएगा। जिहड़े कहिंदे सेवा कीती सानूं तां पता ही नहीं लग्गिया, पता की लगना, सवेरे केसी नहाउंदे आ, दुपहरी बुक भर के सिर च मिट्टी दा पा लैंदे, फर्क की लगना उहदा। अकली साहिब सेवी है, अकली पाई है मान, अकली पढ़ के बुझी है, अकली कीचै दान, हर गल दे विच विचार दी लोड़ है। सेवा भी करदियां नाल बह के चुगलियां निंदिया भी कर लैंदे, काम ना विसरियो, क्रोध ना विसरियो, लोभ ना छूटियो देवा, पर निंदा मुख ते नहीं छूटी, नेफल भई सब सेवा, सब व्यर्थ। परहेज जरूरी है नाल, जिथे दवाई दी लोड़ है उत्थे परहेज बहुता जरूरी है। सियाने कहिंदे ने 100 दवाई 1 परहेज, जदों परहेज रख के सेवा करांगे ना, पहले दिन ही दस देगा अज तूं सेवा करके आए गुरु घर दे विच, हौला जिहा हो जाएगा मन अपना। हुण गुरु रामदास मां रहिंदे समें च सेवा करदे ने, नाले टोकरी घुंघणियां वेचदे ने,
ਇਸ ਤਰ੍ਹਾਂ ਸਮਾਂ ਗੁਜ਼ਰਿਆ। ਗੁਰੂ ਅਮਰਦਾਸ ਮਹਾਰਾਜ ਦੀ ਸਪੁੱਤਰੀ ਬੀਬੀ ਭਾਨੀ ਜਵਾਨ ਹੈ, ਵਰ ਯੋਗ ਹੈ। ਦਾਨੀ ਤਾਂ ਰਾਮੂ ਜੀ ਨਾਲ ਵਿਆਹੀ ਸੀ ਨਾ, ਅਤੇ ਬੀਬੀ ਭਾਨੀ ਵਰ ਯੋਗ ਹੈ। ਜਿਹਦੇ ਘਰ ਵਰ ਯੋਗ ਹੋਵੇ ਨਾ, ਧੀ ਜਵਾਨ ਹੋਵੇ, ਉਹ ਮਾਂ ਪਿਓ ਨੂੰ ਫਿਕਰ ਨਾਲ ਚੰਗੀ ਨੀਂਦ ਨਹੀਂ ਆਉਂਦੀ ਹੁੰਦੀ। ਜਿਹਦਾ ਸਰੀਰ ਰੋਗੀ ਹੋਵੇ ਉਹਨੂੰ ਚੰਗੀ ਨੀਂਦ ਨਹੀਂ ਆਉਂਦੀ ਹੁੰਦੀ। ਜਿਹਦੇ ਸਿਰ 'ਤੇ ਕਰਜ਼ਾ ਹੋਵੇ ਉਹ ਚੰਗੀ ਨੀਂਦ ਨਹੀਂ ਸੌਂ ਸਕਦਾ। ਇੱਕ ਹੋਰ ਨੇ ਜਿਨ੍ਹਾਂ ਨੂੰ ਚੰਗੀ ਨੀਂਦ ਨਹੀਂ ਆਉਂਦੀ, ਜਿਹੜੇ ਰੱਬ ਦੇ ਬੈਰਾਗੀ ਬੰਦੇ ਹੁੰਦੇ, ਜਿਨ੍ਹਾਂ ਨੂੰ ਤੜਫ ਲੱਗ ਜਾਂਦੀ ਹੈ ਵੀ ਕਦੋਂ ਸਮਾਂ ਆਏਗਾ ਜਿਹਦੇ ਤੋਂ ਵਿਛੜਿਆ ਮੈਂ ਉਹਦੇ 'ਚ ਮਿਲ ਜਾਵਾਂਗਾ। ਰੱਬ ਦੇ ਬੈਰਾਗੀ ਬੰਦਿਆਂ ਨੂੰ ਵੀ ਚੰਗੀ ਨੀਂਦ ਨਹੀਂ ਆਉਂਦੀ ਹੁੰਦੀ। ਸੱਚੇ ਨਾਮ ਦੇ ਬੈਰਾਗੀ ਜਿਹੜੇ ਸਾਰੀ ਸਾਰੀ ਰਾਤ ਜਾਗਦੇ, ਸੱਚੇ ਨਾਮ ਦੇ ਬੈਰਾਗੀ ਸਾਰੀ ਸਾਰੀ ਰਾਤ ਜਾਗਦੇ, ਬਰਾਗੀ ਜਿਹੜੇ ਸੱਚੇ ਨਾਮ ਦੇ ਬਰਾਗੀ ਜਿਹੜੇ ਬੈਰਾਗੀ ਬੰਦੇ ਜਿਹੜੇ ਸਾਰੀ ਸਾਰੀ ਰਾਤ ਜਾਗਦੇ, ਸੱਚੇ ਨਾਮ ਦੇ ਬੈਰਾਗੀ ਨੇ ਜਿਹੜੇ ਸਾਰੀ ਸਾਰੀ ਰਾਤ ਜਾਗਦੇ, ਜਿਨ੍ਹਾਂ ਦੇ ਘਰ ਧੀ ਵਰ ਯੋਗ ਹੋਵੇ ਉਹ ਮਾਂ ਪਿਓ ਨੂੰ ਫਿਕਰ ਨਾਲ ਚੰਗੀ ਨੀਂਦ ਨਹੀਂ ਆਉਂਦੀ। ਮਾਤਾ ਮਨਸਾ ਦੇਵੀ ਗੁਰੂ ਅਮਰਦਾਸ ਮਹਾਰਾਜ ਦੇ ਘਰੋਂ ਮਹਿਲ ਮਹਾਰਾਜ ਦੇ, ਗੁਰੂ ਅਮਰਦਾਸ ਮਹਾਰਾਜ ਨੂੰ ਕਹਿੰਦੇ ਤੁਹਾਡੀ ਧੀ ਜਵਾਨ ਹੈ, ਵਰ ਯੋਗ ਯੋਗ ਵਰ ਦੇ ਕੇ ਇਹਨਾਂ ਨੂੰ ਮੰਗ ਦਿਓ, ਸਮੇਂ ਨਾਲ ਫਿਰ ਵਿਆਹ ਕੀਤਾ ਜਾਏਗਾ, ਕਾਰਜ ਹੋ ਜਾਏਗਾ। ਪੁੱਛਦੇ ਗੁਰੂ ਰਾਮਦਾਸ ਮਹਾਰਾਜ ਕਿਹੋ ਜਿਹਾ ਵਰ ਦੇਖੀਏ ਇਹਨਾਂ ਵਾਸਤੇ। ਗੁਰੂ ਰਾਮਦਾਸ ਮਹਾਰਾਜ ਘੁੰਗਣੀਆਂ ਵੇਚ ਰਹੇ ਸੀ ਛਾਬੜੀ 'ਚ। ਹੁਣ ਆਪਾਂ ਕਹਿੰਦੇ ਹਾਂ ਗੁਰੂ ਵੀ ਗ੍ਰਿਸਤੀ ਹੋਏ ਨੇ, ਭਗਤ ਵੀ ਗ੍ਰਿਸਤੀ ਹੋਏ ਨੇ, ਮਤਲਬ ਅਸੀਂ ਵੀ ਗ੍ਰਿਸਤੀ ਤਾਂ ਕਰਕੇ ਹਾਂ। ਕੋਈ ਗੱਲ ਗੁਰੂਆਂ ਦੇ ਗ੍ਰਿਸਤ ਨਾਲ ਮਿਲਾਓ ਵੀ ਨਾ, ਜੇ ਗ੍ਰਿਸਤੀਆਂ ਤਾਂ ਇੱਕ ਦੱਸ ਦਿਓ ਵੀ ਆਹ ਗੱਲ ਸਾਡੀ ਗੁਰੂਆਂ ਦੇ ਗ੍ਰਿਸਤ ਨਾਲ ਮਿਲਦੀ ਹੈ। ਜੇ ਆਪਾਂ ਸੋਚੀਏ ਘਰ 'ਚ ਰਹਿ ਕੇ ਬਾਲ ਬੱਚੇ ਪੈਦਾ ਕਰਨੇ ਪਾਲਣੇ ਹੀ ਗ੍ਰਿਸਤ ਹੈ, ਇਹ ਤਾਂ ਜਾਨਵਰ ਵੀ ਆਲਣਾ ਬਣਾਉਂਦੇ ਨੇ, ਉਹ ਵੀ ਬਾਲ ਬੱਚੇ ਪਾਲਦੇ ਨੇ ਆਪਣੇ, ਫਿਰ ਤਾਂ ਉਹ ਵੀ ਗ੍ਰਿਸਤੀ ਹੋਣਗੇ। ਆਪਾਂ ਤਾਂ ਮਤਲਬ ਵਾਸਤੇ ਪਾਲਦੇ ਹਾਂ ਨਾ ਵੀ ਵੱਡਾ ਹੋਏਗਾ, ਬਾਹਰ ਜਾਏਗਾ, ਡਾਲਰ ਘੱਲਿਆ ਕਰੇਗਾ, ਫਿਰ ਉਹਨਾਂ ਨੂੰ ਤਾਂ ਇਹ ਵੀ ਆਸ ਨਹੀਂ ਨਾ, ਤੋ ਆਪਣੇ ਨਾਲੋਂ ਚੰਗੇ ਪਾਲਦੇ ਨੇ ਨਾਲੇ ਉਹ।
ਦੇਖ ਲਓ ਕਿਵੇਂ ਚੰਝਤ ਵਿੱਚ ਲਿਆ ਲਿਆ ਕੇ ਦਾਣਾ ਉਹਨਾਂ ਦੇ ਮੂੰਹ 'ਚ ਦਿੰਦੇ ਆ। ਆਪਾਂ ਤਾਂ ਪਹਿਲਾਂ ਹੀ ਇੱਛਾ ਰੱਖੀਏ ਨਾ ਵੱਡੇ ਹੋਣਗੇ ਸਾਡੀ ਸੇਵਾ ਕਰਨਗੇ, ਕਰਨ ਭਾਵੇਂ ਨਾ ਕਰਨ ਉਹ ਤਾਂ ਸਮੇਂ 'ਤੇ ਪਤਾ ਲੱਗੂਗਾ ਵੀ ਕਿਹੜੀਆਂ ਪਿੰਨੀਆਂ ਖਵਾਉਣਗੇ ਆਪਾਂ ਨੂੰ ਵੱਡੇ ਹੋ ਕੇ। ਬਹੁਤ ਦੁਖੀ ਦੇਖੇ ਨੇ ਮਾਂ ਪਿਓ, ਜੇ ਮਾਂ ਪਿਓ ਦੁਖੀ ਹੈ ਨਾ ਫਿਰ ਤੀਰਥਾਂ 'ਤੇ ਭਟਕਣ ਦੀ ਲੋੜ ਨਹੀਂ ਹੈ। ਜਿੱਥੇ ਮਰਜ਼ੀ ਨੱਕ ਰਗੜੀ ਜਾਓ ਜਾ ਕੇ, ਫਿਰ ਦੁੱਧ ਪਿਆਓ ਜਾ ਕੇ। ਜੇ ਮਾਂ ਪਿਓ ਦੀ ਖੁਸ਼ੀ ਲੈ ਲਈ ਰੱਬ ਦੀ ਖੁਸ਼ੀ ਮਿਲ ਜਾਏਗੀ, ਨਹੀਂ ਮਿਲੇਗੀ ਨਹੀਂ ਤਾਂ। ਸੋ ਸਤਿਸੰਗ ਜੀ, ਸੱਚੇ ਪਾਤਸ਼ਾਹ ਨੇ ਆਪਾਂ ਨੂੰ ਦੱਸਿਆ ਗ੍ਰਹਿਸਥ ਵਿੱਚ ਰਹਿਣਾ ਕਿਵੇਂ ਹੈ। ਸਿੱਖ ਦਾ ਆਦਰਸ਼ ਗ੍ਰਹਿਸਥ ਕਿਹੋ ਜਿਹਾ ਹੋਣਾ ਚਾਹੀਦਾ, ਦੂਜਿਆਂ 'ਤੇ ਭਾਰ ਨਾ ਬਣੇ ਇਹਦਾ ਗ੍ਰਹਿਸਥ, ਦੂਜਿਆਂ ਨੂੰ ਲੁੱਟ ਲੁੱਟ ਕੇ ਨਾ ਖਾਵੇ ਵੀ ਨਾਲੇ ਧੀ ਦਿਓ ਨਾਲੇ ਘਰ ਉਜਾੜ ਕੇ ਦਿਓ। ਨਹੀਂ, ਆਪਾਂ ਨੂੰ ਦੱਸਿਆ ਗੁਰੂ ਜੀ ਨੇ, ਪੁੱਤਰ ਵੀ ਵਿਆਹੇ ਨੇ, ਧੀਆਂ ਵੀ ਵਿਆਹੀਆਂ ਨੇ, ਗੁਰੂਆਂ ਦੀਆਂ ਸ਼ਾਦੀਆਂ ਵੀ ਹੋਈਆਂ ਨੇ, ਗੁਰਸਿੱਖਾਂ ਨੇ ਵੀ ਧੀਆਂ ਪੁੱਤਰ ਵਿਆਹੇ ਨੇ, ਭਗਤਾਂ ਦੇ ਵੀ ਧੀਆਂ ਪੁੱਤਰ ਵਿਆਹੇ ਨੇ। ਆਪਾਂ ਨੂੰ ਉਪਦੇਸ਼ ਸੀ ਉਹਨਾਂ ਦਾ, ਪਰ ਅਸੀਂ ਗੁਰੂਆਂ ਦੇ ਹੁਕਮ ਦੇ ਮੁਤਾਬਕ ਨਹੀਂ ਚੱਲੇ, ਦੁਨੀਆਂ ਦੇ ਮਗਰ ਤੁਰੇ ਹੋਏ ਹਾਂ, ਖਰਚੇ ਨਜਾਇਜ਼ ਕਰ ਰਹੇ ਹਾਂ, ਕਰਜ਼ੇ ਸਿਰ 'ਤੇ ਚੜ੍ਹ ਰਹੇ ਨੇ, ਫਾਹਾ ਲੈ ਲੈ ਕੇ ਮਰਦੇ ਹਾਂ, ਨਾਲੇ ਦੁਖੀ ਹਾਂ। ਫਿਰ ਹੁਣ ਕੌਣ ਹੈ ਗ੍ਰਹਿਸਥੀ ਜਿਹੜਾ ਆਪਣੀ ਧੀ ਨੂੰ ਛਾਬੜੀ 'ਚ ਘੁੰਗਣੀਆਂ ਵੇਚਣ ਵਾਲੇ ਨਾਲ ਵਿਆਹ ਦੇਗਾ ਗ੍ਰਹਿਸਥੀ? ਕੋਈ ਆਪਣੇ ਤੋਂ ਤਗੜਾ ਦੇਖੇਗਾ ਜਾ ਕੇ, ਫਿਰ ਦੁਖੀ ਰਹੇਗਾ ਸਾਰੀ ਉਮਰ। ਗੁਰੂ ਅਮਰਦਾਸ ਮਾਰ ਨੂੰ ਬੀਬੀ ਭਾਨੀ ਮਾਤਾ ਮਨਸਾ ਦੇਵੀ ਕਹਿਣ ਲੱਗੇ ਕਿ ਤੁਹਾਡੀ ਧੀ ਵਰ ਯੋਗ ਹੈ, ਯੋਗ ਵਰ ਦੇਖ ਕੇ ਮੰਗਦੇ ਹੋ। ਕਿਹੋ ਜਿਹਾ ਵਾਰ ਦੇਖੀ ਮਾਤਾ? ਕਹਿੰਦੇ ਉਹ ਜਵਾਨ ਛਾਬੜੀ 'ਚ ਘੁੰਗਣੀਆਂ ਵੇਚ ਰਿਹਾ ਜਿਹੜਾ। ਕਹਿਣ ਲੱਗੇ ਫਿਰ ਇਹਨਾਂ ਵਰਗਾ ਤਾਂ ਇਹੀ ਹੈ। ਹੁਣ ਜਿਨ੍ਹਾਂ ਦਾ ਮਾਂ ਪਿਓ ਵੀ ਨਹੀਂ ਹੈ ਸਿਰ 'ਤੇ, ਘਰ ਘਾਟ ਭੋਏ ਭਾਂਡਾ ਕੋਈ ਹੈ ਨਹੀਂ, ਕੀ ਦੇਖਿਆ ਗੁਰੂ ਰਾਮਦਾਸ ਮਹਾਰਾਜ ਨੇ? ਗੁਣ ਦੇਖੇ, ਗੁਣ। ਇਹਨਾਂ ਵਿੱਚ ਸੇਵਾ ਹੈ, ਸਿਮਰਨ ਹੈ, ਸਤ ਹੈ, ਸੰਤੋਖ ਹੈ, ਖਿਮਾ ਹੈ, ਧੀਰਜ ਹੈ, ਸ਼ਾਂਤੀ ਹੈ। ਰਿਸ਼ਤੇ ਗੁਣਾਂ ਕਰਕੇ ਜਿਹੜੇ ਹੁੰਦੇ ਨੇ ਉਹ ਨਿਭਦੇ ਨੇ, ਜਿਹੜੇ ਮਾਇਆ ਦੇ ਕੇ ਪਦਾਰਥ ਦੇ ਕੇ ਰਿਸ਼ਤੇ ਹੁੰਦੇ ਨੇ। ਮਾਇਆ ਪਦਾਰਥ ਜ਼ਿੰਦਗੀ 'ਚ ਇੱਕੋ ਜਿਹੀ ਕਦੇ ਨਹੀਂ ਰਹਿੰਦੀ, ਬੜੇ ਅਮੀਰ ਹੋ ਜਾਂਦੇ ਨੇ ਗਰੀਬ ਤੋਂ, ਅਤੇ ਬੜੇ ਅਮੀਰ ਗਰੀਬ ਹੋ ਜਾਂਦੇ ਨੇ ਅਮੀਰਾਂ ਤੋਂ। ਇਹ ਤਿੰਨ ਚੀਜ਼ਾਂ ਕਦੇ ਸਥਿਰ ਨਹੀਂ ਰਹਿੰਦੀਆਂ, ਧਨ ਜੋਬਨ ਅਰ ਫੁੱਲੜਾ ਨਾਠੀਅੜੇ ਦਿਨ ਚਾਰ। ਸੱਚੇ ਪਾਤਸ਼ਾਹ ਕਹਿੰਦੇ ਚਾਰ ਕੁ ਦਿਨ ਦੀ ਰੌਣਕ ਹੁੰਦੀ ਇਹਨਾਂ ਤਿੰਨ ਚੀਜ਼ਾਂ ਦੀ। ਧਨ ਕਦੀ ਅਮੀਰ ਸਦਾ ਨਹੀਂ ਰਿਹਾ ਕੋਈ, ਤੀਜੀ ਪੁਸ਼ ਤੱਕ ਕੋਈ ਅਮੀਰ ਨਹੀਂ ਰਹਿੰਦਾ ਕਦੇ ਵੀ। ਜਿਹੜੇ ਦਿਹਾੜੀ ਮਜ਼ਦੂਰੀ ਕਰਦੇ ਸੀ ਅੱਜ ਉਹ ਕਰੋੜਾਂਪਤੀ ਨੇ, ਅਤੇ ਜਿਹੜੇ ਕਰੋੜਾਂਪਤੀ ਸੀ ਅੱਜ ਉਹ ਮਜ਼ਦੂਰੀ 'ਤੇ ਆਏ ਹੋਏ ਨੇ। ਜਿਹੜੇ ਮੁਰੱਬਿਆਂ ਦੇ ਮਾਲਕ ਸੀ ਨਾ, ਅੱਜ ਉਹ ਮਜ਼ਦੂਰੀ ਥਾਂ 'ਤੇ ਆ ਗਏ, ਅਤੇ ਜਿਹੜੇ ਮਜ਼ਦੂਰੀ ਵਾਲੇ ਸੀ ਮੁਰੱਬਿਆਂ ਦੇ ਮਾਲਕ ਬਣ ਗਏ। ਧਨ ਜੋਬਨ ਜਵਾਨੀ ਕਿਸੇ ਦੇ ਸਦਾ ਨਹੀਂ ਰਹਿੰਦੀ, ਮਾਣ ਨਹੀਂ ਕਰਨਾ ਚਾਹੀਦਾ ਇਹਦਾ। ਆ ਜਿਹੜੇ ਜਦੋਂ ਦੁਆਨ ਸ਼ੁਰੂ ਹੋਏ ਨੇ ਨਾ, ਸਭ ਅਜੇ ਜਵਾਨੀ 'ਚ ਪੈਰ ਰੱਖਣ ਲੱਗੇ ਸੀ, ਮਾੜੀ ਮਾੜੀ ਦਾੜੀ ਆਉਣ ਲੱਗੀ। ਆ ਜਿਹੜੇ ਬਾਬੇ ਜੇ ਬਣੇ ਦੇਖਦੇ ਨਾ ਸਾਰੇ, ਕਿੱਧਰ ਗਈ ਹੁਣ ਜਵਾਨੀ? ਉਹ ਲੱਭਦੇ ਫਿਰਦੇ ਨੇ ਮੁੜ ਕੇ ਆ ਜੂਗੀ। ਕਈ ਰੰਗ ਰੁੰਗ ਜਿਹਾ ਕਰਦੇ ਨੇ, ਕੀ ਪਤਾ ਭੁਲੇਖੇ ਨਾਲ ਮੁੜ ਹੀ ਆਵੇ।
ਹੁਣ ਨਹੀਂ ਆਉਣੀ, ਐਵੇਂ ਕਾਲਖ ਜੀ ਨਾਲ ਮਿਲਿਆ ਕਰੋ। ਚਲੀ ਗਈ, ਕਦੀ ਨਹੀਂ ਆਈ ਮੁੜ ਕੇ। ਪੈਰ ਤਾਂ ਬੜੇ ਰੜਾਉਂਦੇ ਨੇ ਵੀ ਕੀ ਪਤਾ ਲੱਗਦਾ, ਅੜੇ ਨਹੀਂ ਅੱਜ ਤੱਕ। ਬਸ ਤਿਆਰੀ ਕਰੋ, ਗੁਰਮੁਖ ਬਣ ਕੇ ਸਿਮਰਨ ਕਰਿਆ ਕਰੋ। ਧਨ ਜੋਬਨ ਅਰ ਫੁੱਲੜਾ, ਸਤਸੰਗ ਜੀ ਕਿਆਰੀ 'ਚ ਸਦਾ ਫੁੱਲ ਨਹੀਂ ਖਿੜੇ ਰਹਿੰਦੇ, ਪੱਤ ਝੜ ਵੀ ਆਉਂਦੀ ਹੈ। ਇਹ ਤਿੰਨ ਗੱਲਾਂ ਸਥਿਰ ਨਹੀਂ ਰਹਿੰਦੀਆਂ ਕਦੇ ਵੀ। ਧਨ ਜੋਬਨ ਫੁੱਲਾਂ ਦੀਆਂ ਵਾੜੀਆਂ ਖਿੜੀਆਂ ਨਹੀਂ ਸਦਾ ਰਹਿਣੀਆਂ, ਜੋਬਨ ਫੁੱਲਾਂ ਦੀਆਂ ਵਾੜੀਆਂ ਖਿੜੀਆਂ ਨਹੀਂ ਸਦਾ ਰਹਿਣੀਆਂ। ਗੱਜ ਕੇ ਬੋਲੋ ਭਾਈ। ਧਨ ਜੋਬਨ ਫੁੱਲਾਂ ਦੀਆਂ ਵਾੜੀਆਂ, ਜੋਬਨ ਫੁੱਲਾਂ ਦੀਆਂ ਵਾੜੀਆਂ, ਧਨ ਜੋਬਨ ਖਿੜੀਆਂ ਨੀ ਸਦਾ ਰਹਿਣੀਆਂ, ਖਿੜੀਆਂ ਨੀ ਸਦਾ ਰਹਿਣੀਆਂ, ਖਿੜੀਆਂ ਨੀ ਸਦਾ ਰਹਿਣੀਆਂ, ਧਨ ਜੋਬਨ ਫੁੱਲਾਂ ਦੀਆਂ ਵਾੜੀਆਂ, ਧਨ ਜੋਬਨ ਅਰ ਫੁੱਲੜਾ ਨਾਠੀਆਣੇ ਦਿਨ ਚਾ ਪੱਪਣ ਘੇਰੇ ਪੱਤ ਜਿਉਂ ਢਲ ਢੁਲ ਜੁੰਮਣ ਹਾਰ, ਜਿਹੜੇ ਧਨ ਦੇ ਕੇ ਰਿਸ਼ਤੇ ਹੁੰਦੇ ਨੇ ਨਾ, ਜਦ ਧਨ ਘਟਦਾ ਫਿਰ ਰਿਸ਼ਤਿਆਂ 'ਚ ਤੇੜਾਂ ਪੈ ਜਾਂਦੀਆਂ। ਗੁਣਾਂ ਦੇ ਆਧਾਰ 'ਤੇ ਰਿਸ਼ਤੇ ਹੁੰਦੇ ਸੀ ਪਹਿਲਾਂ ਆਪਣੇ ਬਜ਼ੁਰਗਾਂ ਵੇਲੇ। ਪੁੱਛਦੇ ਸੀ ਕਿਹੜਾ ਬਜ਼ੁਰਗ ਹੈ, ਉਹ ਫਲਾਣਾ ਸਿੰਘ, ਕਹਿੰਦੇ ਫਿਰ ਜ਼ਰੂਰ ਅਸਰ ਹੋਏਗਾ ਇਹਦੀ ਔਲਾਦ ਦੇ ਉੱਤੇ। ਉਹ ਗੁਣਾਂ ਦੇ ਆਧਾਰ 'ਤੇ ਰਿਸ਼ਤੇ ਹੁੰਦੇ ਸੀ। ਅੱਜ ਮਾਇਆ ਦੇ ਕੇ, ਧਨ ਦੇ ਕੇ ਰਿਸ਼ਤੇ ਹੋਣ ਲੱਗ ਗਏ, ਤਾਂ ਹੀ ਪੰਚਾਇਤਾਂ ਇਕੱਠੀਆਂ ਹੁੰਦੀਆਂ ਨੇ ਥਾਂ ਥਾਂ 'ਤੇ, ਕਚਹਿਰੀਆਂ 'ਚ ਕੇਸ ਚੱਲ ਰਹੇ ਨੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੈਨੂੰ ਤਾਂ ਇਹਨਾਂ ਤੋਂ ਕੋਈ ਚੰਗਾ ਵਰ ਨਹੀਂ ਲੱਭਦਾ ਦੁਨੀਆ 'ਚ, ਤੁਹਾਨੂੰ ਹੋਰ ਕੋਈ ਲੱਭਦਾ ਉੱਥੇ ਕਰ ਲਓ। ਚੁੱਪ ਕਰ ਗਏ। ਬੀਬੀ ਭਾਨੀ ਦੀ ਸ਼ਾਦੀ ਗੁਰੂ ਰਾਮਦਾਸ ਮਹਾਰਾਜ ਨਾਲ ਕੀਤੀ, ਜਿਹੜੀ ਸਾਰੀ ਸੇਵਾ ਗੁਰੂ ਅਮਰਦਾਸ ਮਹਾਰਾਜ ਦੀ ਆਪਣੇ ਹੱਥੀਂ ਕਰਦੀ ਸੀ ਬੀਬੀ ਭਾਨੀ। ਆ ਬੀਬੀਆਂ ਨੂੰ ਬੇਨਤੀ ਹੈ, ਤੁਹਾਨੂੰ ਗੁਰੂ ਘਰ 'ਚ ਬੜਾ ਮਾਣ ਮਿਲਿਆ, ਪਹਿਲਾਂ ਤਾਂ ਭੈਣ ਨਾਨਕੀ, ਗੁਰੂ ਨਾਨਕ ਦੇ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲ ਭੈਣ ਨਾਨਕੀ ਨੇ ਕੀਤੀ ਹੈ। ਗੁਰੂ ਨਾਨਕ ਦੇ ਮਹਾਰਾਜ ਤਾਂ ਪ੍ਰਚਾਰ ਦੁਨੀਆ ਦਾ ਭਲਾ ਕਰਦੇ ਰਹੇ, ਚਾਰ ਉਦਾਸੀਆਂ
ਦੋ ਭਤੀਜੇ ਬੀਬੀ ਬੀਬੀ ਨਾਨਕੀ ਦੇ, ਭੈਣ ਨਾਨਕੀ ਦੇ, ਸ੍ਰੀ ਚੰਦ ਲਖਮੀ ਦਾਸ। ਭੈਣ ਨਾਨਕੀ ਦੇ ਔਲਾਦ ਨਹੀਂ ਹੋਈ ਅਤੇ ਭੈਣ ਨਾਨਕੀ ਨੇ ਗੁਰੂ ਨਾਨਕ ਦੇਵ ਮਰ ਨੂੰ ਬੇਨਤੀ ਨਹੀਂ ਕੀਤੀ, ਰਾਕਸ਼ਾਂ ਨੂੰ ਦੇਵਤੇ ਬਣਾਉਣ ਵਾਲਿਆ ਵੀਰਾ, ਜਿਹੜੇ ਪੱਥਰ ਨੂੰ ਹੱਥ ਲੱਗ ਜਾਏ ਮੋਹ ਬਣ ਜਾਂਦਾ, ਠੱਗਾਂ ਨੂੰ ਦੇਵਤੇ ਬਣਾ ਦੇਣਾ, ਚੋਰਾਂ ਨੂੰ ਗੁਰਮੁਖ, ਤੇਰੀ ਭੈਣ ਦੇ ਘਰੇ ਤਾਂ ਔਲਾਦ ਨਹੀਂ ਹੈ। ਆਪਾਂ ਸਾਲ ਗਿਣਦੇ ਹਾਂ, ਇੰਨੀ ਹੋ ਗਈ, ਸੇਵਾ ਵੀ ਬੜੀ ਕਰੀ ਹੈ, ਅਸੀਂ ਪਾਠ ਵੀ ਬੜਾ ਕਰਨੇ, ਸਾਨ ਕਰਦੇ ਹੋ ਜੇ ਗੁਰੂ ਨੂੰ ਸੁਣਾਉਂਦੇ ਹੋ, ਫਿਰ ਉਹ ਤਾਂ ਗੁਰੂ ਨਾਲ ਦੀ ਨਾਲ ਉਹ ਫਲ ਦੇਈ ਜਾਂਦਾ ਜਿੰਨੀ ਕਰਦੇ ਹਾਂ ਆਪਾਂ। ਫਿਰ ਮਾਤਾ ਖੀਵੀ ਨੇ ਆਪ ਖੁਰਚਣਾ ਫੇਰਿਆ ਦੇਗੇ 'ਚ, ਲੰਗਰ 'ਚ, ਆਪਣੇ ਹੱਥੀਂ ਲੰਗਰ ਦੀ ਸੇਵਾ ਕਰਦੀ ਮਾਤਾ ਖੀਵੀ। ਫਿਰ ਬੀਬੀ ਭਾਨੀ, ਫਿਰ ਮਾਤਾ ਗੰਗਾ, ਮਾਤਾ ਗੰਗਾ ਜੀ, ਫਿਰ ਮਾਤਾ ਨਾਨਕੀ। 31 ਸਾਲ ਗੁਜ਼ਰ ਗਏ ਪੁੱਤਰ ਦੇ ਘਰ ਔਲਾਦ ਨਹੀਂ ਹੋਈ, 31 ਸਾਲ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ। ਸੋ ਸਤਿਸੰਗ ਜੀ, ਪੜ੍ਹੋ ਮਾਤਾ ਗੁਜਰੀ ਜੀ ਦਾ ਇਤਿਹਾਸ, ਬੀਬੀ ਵੀਰੋ ਦਾ ਇਤਿਹਾਸ ਪੜ੍ਹੋ, ਬੜਾ ਗੌਰਵਮਈ ਇਤਿਹਾਸ ਹੈ ਬੀਬੀਆਂ ਦਾ ਗੁਰੂ ਘਰ ਦੇ ਵਿੱਚ। ਹੁਣ ਜਵਾਈ ਬਣ ਗਏ ਗੁਰੂ ਅਮਰਦਾਸ ਮਹਾਰਾਜ ਦੇ, ਕੋਈ ਹੰਕਾਰ ਨਹੀਂ, ਮੈਂ ਹੁਣ ਜਵਾਈ ਬਣ ਕੇ ਟੋਕਰੀ ਢੋਵਾਂ ਇੱਥੇ। ਜਵਾਈ ਸਹੁਰਿਆਂ ਦੇ ਘਰ ਕਿਤੇ ਟੋਕਰੀ ਢੋਂਦੇ ਹੁੰਦੇ ਨੇ, ਭਾਂਡੇ ਮਾਂਜਦੇ ਹੁੰਦੇ ਨੇ ਜਵਾਈ, ਕਦੇ ਕਦੀ ਝਾੜੂ ਮਾਰਦੇ ਨੇ ਸਹੁਰਿਆਂ ਦੇ ਘਰ 'ਚ ਜਾ ਕੇ। ਜਵਾਈ ਕਾਹਦਾ ਜੇ ਮੰਜੀ ਤੋਂ ਪੈਰ ਥੱਲੇ ਲਾ ਗਿਆ, ਭੁੱਖਾ ਮਰ ਜਾਏਗਾ ਆਕੜ ਕੇ, ਜਵਾਈ ਜੋ ਹੋਇਆ ਫਿਰ। ਸਾਣ ਤਾਂ ਮੰਨਣਾ ਚਾਹੀਦਾ ਵੀ ਧੀ ਦਿੱਤੀ ਹੈ ਪਾਲ ਕੇ, ਮੇਰੇ ਲੜ ਲਾਈ ਹੈ, ਸਾਣ ਤਾਂ ਮੈਨੂੰ ਮੰਨਣਾ ਚਾਹੀਦਾ। ਇਹਨਾਂ ਨੂੰ ਉਂਝੇ ਫਰੇਵਾਂ ਜਿਹਾ ਹੋਇਆ ਫਿਰਦਾ ਵੀ ਅਸੀਂ ਜਵਾਈ ਬਣੇ ਹੋਏ ਹਾਂ, ਕੀ ਸਾਣ ਹੈ ਬਈ। ਦਿਲ ਦਾ ਟੁਕੜਾ ਤੋੜ ਕੇ ਤੇਰੇ ਗੱਲ ਲਾ ਦਿੱਤਾ। ਜਦ ਮਾਤਾ ਗੁਜਰੀ ਜੀ ਦੀ ਸ਼ਾਦੀ ਹੋਈ ਨਾ ਨੌਵੇਂ ਪਾਤਸ਼ਾਹ ਨਾਲ ਕਰਤਾਰਪੁਰ, ਅਤੇ ਮਾਤਾ ਗੁਜਰੀ ਦੇ ਪਿਤਾ ਨੇ ਲਾਲ ਚੰਦ ਛੇਵੇਂ ਪਾਤਸ਼ਾਹ ਨੂੰ ਹੱਥ ਜੋੜ ਕੇ ਕਹਿੰਦੇ, ਸੱਚੇ ਪਾਤਸ਼ਾਹ ਮੈਂ ਤਾਂ ਤੁਹਾਡੇ ਲਾਇਕ ਹੈ ਹੀ ਨਹੀਂ, ਕਿੱਥੇ ਦੀਵਾ ਕਿੱਥੇ ਸੂਰਜ, ਮੈਂ ਸੇਵਾ ਨਹੀਂ ਕਰ ਸਕਿਆ, ਮਾਫ਼ ਕਰਿਓ ਮਹਾਰਾਜ। ਲਾਲ ਚੰਦ ਨੂੰ ਆਪਣੀ ਛਾਤੀ ਨਾਲ ਲਾ ਕਹਿਣ ਲੱਗੇ, ਲਾਲ ਚੰਦ ਉਹ ਜਿਹਨੇ ਧੀ ਦੇਤੀ ਉਹਨੇ ਹੋਰ ਕੀ ਦੇਣਾ ਹੈ, ਇੱਦੂ ਵੱਡੀ ਹੋਰ ਕਿਹੜਾ ਦਾਜ ਆ ਜਿਹੜਾ ਦੇਣਾ, ਤੂੰ ਸਾਨੂੰ ਆਪਣੀ ਕੰਨਿਆ ਦਿੱਤੀ ਹੈ ਗੁਜਰੀ, ਨਹੀਂ ਦੁਨੀਆਂ ਵਿੱਚ ਕੋਈ ਗੁਜਰੀ ਵਰਗੀ ਪੈਦਾ ਹੋਈ, ਲਾਲ ਚੰਦ ਦੇ ਘਰ ਜੰਮੀ ਸੀ ਇਹ ਧੀ ਬਣ ਕੇ। ਧੀਆਂ ਵੀ ਦੁਨੀਆਂ 'ਚ ਨਾਂ ਰੋਸ਼ਨ ਕਰ ਦਿੰਦੀਆਂ ਨੇ। ਸੋ ਸਤਿਸੰਗ ਜੀ, ਜਵਾਈ ਕਦੇ ਭਾਂਡੇ ਨਹੀਂ ਮਾਂਜਦੇ, ਸਹੁਰਿਆਂ ਘਰ ਜਾ ਕੇ ਝਾੜੂ ਨਹੀਂ ਮਾਰਦੇ ਹੁੰਦੇ, ਇੱਕ ਹੰਕਾਰ ਹੀ ਹੈ, ਹੈ ਤਾਂ ਆਪਣਾ ਘਰ ਹੀ ਹੈ, ਜਿਹਨੇ ਧੀ ਦੇ ਕੇ ਤੈਨੂੰ ਪੁੱਤਰ ਬਣਾਇਆ, ਅਤੇ ਇਹ ਹੰਕਾਰ ਹੈ ਨਾ, ਮੈਂ ਹੁਣ ਵੱਡਾ ਹੋ ਗਿਆ। ਇਹ ਸਮਾਜ 'ਚ ਪੁੱਠਾ ਕੰਮ ਚੱਲ ਰਿਹਾ, ਪੁੱਠਾ। ਜਿਹੜਾ ਦਾਨ ਦਿੰਦਾ ਉਹਦਾ ਹੱਥ ਉੱਪਰ ਹੁੰਦਾ ਅਤੇ ਜਿਹੜਾ ਲੈਂਦਾ ਉਹਦਾ ਹੱਥ ਥੱਲੇ ਹੁੰਦਾ, ਅਤੇ ਧੀ ਵਾਲੇ ਨੇ ਕੰਨਿਆਂ ਵੀ ਦਿੱਤੀ ਹੈ ਅਤੇ ਸਮਾਨ ਵੀ ਟਰੱਕ ਭਰ ਭਰ ਕੇ ਦਿੱਤਾ। ਜਿਨ੍ਹਾਂ ਨੇ ਦਿੱਤਾ ਉਹ ਸਮਾਜ ਵਿੱਚ ਛੋਟੇ ਨੇ ਅਤੇ ਜਿਨ੍ਹਾਂ ਨੇ ਲਿਆ ਉਹ ਵੱਡੇ ਨੇ ਸਮਾਜ 'ਚ, ਉਲਟਾ ਕੰਮ ਨਹੀਂ ਹੈ। ਦਾਨ ਦੇਣ ਵਾਲਾ ਵੱਡਾ ਹੁੰਦਾ, ਲੈਣ ਵਾਲਾ ਛੋਟਾ ਹੁੰਦਾ। ਆਹ ਬਜ਼ੁਰਗ ਬੈਠੇ ਨੇ ਆਪਣੇ ਸੰਗਤ ਦੇ ਵਿੱਚ, ਇਹ ਜਿਹੜਾ ਆਪਣੀ ਧੀ ਦਾ ਰਿਸ਼ਤਾ ਦਿੰਦਾ ਸੀ ਉਹਦੇ ਪੈਂਦ ਵਾਲੇ ਪਾਸੇ ਜਾ ਕੇ ਬਹਿੰਦੇ, ਸਰਦਾਰ ਜੀ ਸਰਾਣੇ ਵਾਲੇ ਪਾਸੇ, ਤੂੰ ਧੀ ਵਾਲਾ, ਤੂੰ ਧੀ ਪਾਲ ਕੇ ਸਾਨੂੰ ਦਿੱਤੀ ਹੈ,
तेरा साण है साडे सिर ते। पर अज तियाले हाथ जोड़दे फिरदे ने, होर भी दे देंगे जे कुछ कहोगे। तेल ना पा दिओ किते, करंट ला दिओ, होर भी वेच देंगे विघा जे तुहाडा ढिड भर जाए, वेच देंगे अद्धा किला। पर जिहड़ा बंदे दे रजाए ते नहीं रजिया, कदे रब रजा देवे फिर रज जांदे ने। सेवा करदे ने सच्चे पातशाह गुरु रामदास महाराज। गुरु रामदास महाराज दे सचखंड नूं जाण दे वी तियारे ने, अपनी वस्तु भी देनी अगे, वस्तु परख के देनी है। भावें तीन गल्लां पहले लिखिया होंदियां ने, लिख दात जोत वड्याई, मिल माया सुरत गवाई, पर फिर भी गुरु परख के वस्तु, सतपुरश भी परख के देंदे ने। भावें सब कुछ उन्हां नूं पहले ही पता हुंदा है, पर वो मर्यादा अनुसार फिर कसवटी ते ला के फिर वस्तु देंदे ने। ते सारे गुरुआं ने एको जिहा कसवटी नहीं लाई, तरीका बदलिया। गुरु रामदास महाराज ने परखण वास्ते आख्या, रामदास जी थड़ा बनाओ, इत्थे इन्ना चौड़ा इन्ना उच्चा, बैठ के संगत नूं उपदेश दिया करांगे, सत उपदेश, सत बचन। महाराज इधर रामू जी नूं जा के आख्या, रामू जी थड़ा बनाओ इन्ना चौड़ा इन्ना उच्चा। ठीक है महाराज, थड़ा दूजे दिन तैयार करते दोवां ने। गुरु अमरदास महाराज आके कहिंदे, पुरखा उस तरह थड़ा नहीं बनाया जिवें तैनूं आख्या सी। धन गुरु रामदास महाराज कहिंदे, महाराज ये बुद्ध अलपग है, सरबग दा बचन ही नहीं समझ सकदी। पहलां तां महाराज आपदा बचन नहीं समझ सके, नहीं मन्या गया, खिमा करो, तुसी किरपा कीती अज जिवें दा बनवाया, कल नूं किरपा करके उस तरह दा बनवा लिओ महाराज, जिवें दा तुहाडा हुक्म है। इधर रामू जी नूं जा के आख्या, ओ पुरखा थड़ा दा उवें दा नहीं बनाया जिवें दा तैनूं कह के गए सी। रामू जी कहिंदे, बनाया तां उवें दे जिवें तुसीं कहा सी, जे नहीं ठीक बनिया ढा दिंदे आ, कल नूं फिर बना देंगे। जिहड़ी धरती च दाणा उगना होवे ना, धरती दा वत्तर, जिहड़े खेती करन वाले पैली च माड़ा जिहा गुठे ना मिट्टी परां करके देख लैंदे ने, उग पैगा दाणा, हुण वत्तर ही है। गिले च भी नहीं पाउंदे, सुक्के च भी नहीं पाउंदे, वत्तर देख के दाणा बीजिया जांदा। हुण वत्तै हर नाम ना बीजिओ, अगै भुखा क्या खाए। फिर दूजे दिन आ के महाराज कहिंदे, थड़ा उस तरह का नहीं बनया रामदास जी। हाथ जोड़ के कहिंदे, महाराज दो दिन हो गए तुहाडा वचन नहीं मन्या, जिवें किरपा करके तुसीं अज बनाया, मेहर करियो कल नूं उस तरह का बना लिओ जिवें दा आपदा तुहाडा हुक्म है। ये तो काठ की पुत्री है, जिवें नचाओगे उवें नचदी है। रामू जी नूं जा के आख्या, थड़ा नहीं उस तरह बनया। वो कहिंदे, बनया तां कल भी उस तरह ही सी, अज भी उस तरह ही बनया है। तुसीं कह के भुल जाने, उम्र सियाणी हो गई तुहाडी, हुण 90 साल दी उम्र तुहाडी होण वाली है, उवें दे बनाया जिवें तुसीं कह के गए सी। सवाल जवाब नाले सेवा करे, नाले मन दे विच सवाल जवाब करे। महाराज कहिंदे, उहदा हशर की हुंदा है? जिवें कोई बूटा उत्तों वड्दी ना, फिर भी पुंगर पैंदा है। अज कल आपां दरख्त छांगदे, पता है फिर चेतरे फुट पैणगे।
ਜਿਹੜਾ ਜੜੋਂ ਪੱਟਦੀ ਹੈ ਮੁੜ ਕੇ ਪੁੰਗਰ ਜਾਏਗਾ ਉਹ ਨਹੀਂ ਫੁੱਟੇਗਾ ਉਹ ਜਿਹੜਾ ਸਲਾਮ ਵੀ ਕਰਦਾ ਅਤੇ ਜਵਾਬ ਵੀ ਕਰਦਾ ਮੁੰਡੋਂ ਕੁੱਥਾ ਜਾਏ ਮੁੱਢੋਂ ਹੀ ਕੰਮ ਖਤਮ ਮੁੜ ਕੇ ਉੱਗਣ ਦੀ ਆਸ ਵੀ ਨਹੀਂ ਹੁੰਦੀ ਕਦੇ ਵੀ ਜਾਂ ਤਾਂ ਸਲਾਮ ਨਾ ਕਰੇ ਜਾਂ ਫਿਰ ਜਵਾਬ ਨਾ ਕਰੇ ਇੱਕੋ ਹੀ ਕਰੇ ਪਰਾਂ ਜਾ ਕੇ ਹਿੱਚ ਹਿੱਚ ਕਰੇ ਅੱਗੇ ਆ ਕੇ ਮੱਥਾ ਟੇਕ ਦੇਵੇ ਬਸ ਕੋਈ ਫਾਇਦਾ ਨਹੀਂ ਫਿਰ ਉਹਦਾ ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ ਕਿਸੇ ਥਾਂ ਹੀ ਨਹੀਂ ਪੈਣਾ ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ ਤੀਜੇ ਦਿਨ ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਆਏ ਕਹਿੰਦੇ ਰਾਮਦਾਸ ਥੜਾ ਉਸ ਤਰ੍ਹਾਂ ਨਹੀਂ ਬਣਿਆ ਹੱਥ ਜੋੜ ਲਏ ਸਾਰੀ ਉਮਰ ਬਣਵਾਈ ਜਾਓ ਮਹਾਰਾਜ ਮੈਂ ਸੇਵਕਾਂ ਬਣਾਉਂਦਾ ਰਹੂੰਗਾ ਢਾਉਂਦੇ ਰਹੂੰਗੇ ਢਾਂਦਾ ਰਹੂੰਗਾ ਮੈਂ ਤਾਂ ਸੇਵਕ ਹਾਂ ਮੇਰਾ ਕੀ ਕੰਮ ਹੈ ਕਿ ਮੈਂ ਤੁਹਾਡੇ 'ਤੇ ਸਵਾਲ ਕਰਾਂ ਜਾਂ ਸ਼ੰਕਾ ਕਰਾਂ ਮੈਂ ਇੱਧਰ ਜਦੋਂ ਰਾਮੂ ਜੀ ਨੂੰ ਆਖਿਆ ਪੁਰਖਾ ਹੋਏ ਉਸ ਤਰ੍ਹਾਂ ਦਾ ਥੜਾ ਨਹੀਂ ਬਣਿਆ ਕਈ ਫੜੀ ਸੀ ਪਰਾਂ ਮਾਰੀ ਵਗਾ ਕੇ ਤੁਸੀਂ ਬਹਿ ਕੇ ਉਪਦੇਸ਼ ਹੀ ਦੇਣਾ 3 ਦਿਨ ਹੋ ਗਏ ਸਿੱਖ ਲੱਗਦੇ ਨੇ ਆ ਗਾਰਾ ਇੱਟਾਂ ਲਾਉਂਦੇ ਹਾਂ ਬਣਾ ਦਿਓ ਥੜਾ ਢਾ ਦਿਓ ਥੜਾ ਸਾਥੋਂ ਨਹੀਂ ਬਣਦਾ ਇਹ ਬਾਬਾ ਬੁੱਢਾ ਸਾਹਿਬ ਜੀ ਵੱਲ ਦੇਖਿਆ ਗੁਰੂ ਰਾਮ ਅਮਰਦਾਸ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਇਸ਼ਾਰਾ ਸਮਝ ਗਏ ਹੱਥ ਜੋੜ ਕੇ ਸਿਰ ਨਵਾ ਦਿੱਤਾ 5 ਪੈਸੇ ਅਤੇ ਨਾਰੀਅਲ ਰੱਖ ਕੇ 4 ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ 'ਤੇ ਬਿਠਾ ਕੇ ਗੁਰੂ ਅਮਰਦਾਸ ਮਹਾਰ ਨੇ ਗੁਰੂ ਰਾਮਦਾਸ ਮਹਾਰ ਦੇ ਚਰਨਾਂ 'ਤੇ ਨਮਸਕਾਰ ਕੀਤੀ ਫਿਰ ਆਪਣੇ ਪੁੱਤਰਾਂ ਨੂੰ ਆਖਿਆ ਨਮਸਕਾਰ ਕਰੋ ਫਿਰ ਸਭ ਤੋਂ ਪਹਿਲਾਂ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਹੈ ਪੈਰੀ ਪਾਏ ਜੀਓ ਫਿਰ ਮੋਹਰੀ ਨੇ ਪਹਿਲਾਂ ਮੱਥਾ ਟੇਕਿਆ ਫਿਰ ਮੋਹਨ ਜੀ ਨੇ ਟੇਕਿਆ ਸੋ ਸੇਵਾ ਦੇ ਖੁਸ਼ ਹੋ ਕੇ ਗੁਰਤਾ ਗੱਦੀ ਬਖਸ਼ੀ ਗੁਰੂ ਰਾਮਦਾਸ ਮਹਾਰਾਜ ਨੂੰ ਹੁਣ ਗੁਰਤਾ ਗੱਦੀ 'ਤੇ ਬੈਠ ਕੇ ਨਾ ਹੱਥ ਜੋੜੇ ਨੇ ਗੁਰੂ ਰਾਮਦਾਸ ਮਹਾਰਾਜ ਦੇ ਨੇਤਰਾਂ 'ਚੋਂ ਜਲ ਵਗਦਾ ਕਹਿੰਦੇ ਨੇ ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾਂ ਗੁਰੂ ਅਮਰਦਾਸ ਮਹਾਰਾਜ ਜਿਹੜੀ ਮੇਰੀ ਹਾਲਤ ਸੀ ਜਿਹੜੀ ਮੇਰੀ ਵਿਧ ਸੀ ਸਾ ਵਿਧ ਤੁਮ ਹਰ ਜਾਨੋ ਆਪੇ ਮਾਂ ਨਹੀਂ ਸੀ ਮੇਰੇ ਸਿਰ 'ਤੇ 2 ਸਾਲ ਦੀ ਸੀ ਜਦੋਂ ਸੱਚਖੰਡ ਗਈ ਪਿਤਾ ਚਲੇ ਗਏ ਤੁਸੀਂ ਜਾਣਦੇ ਸੀ ਮੇਰੀ ਵਿਧ ਨੂੰ ਘਰ ਘਾਟ ਭੋਏ ਭਾਂਡਾ ਤੁਹਾਨੂੰ ਗੁਰੂ ਅੰਗਦ ਦੇਵ ਜੀ ਦਾ ਵਾਰਸੀ ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ ਦਿੱਤਾ ਤੁਸੀਂ ਮੈਨੂੰ ਨਿਮਾਣੇ ਨੂੰ ਜਿਹਦਾ ਤਾਣ ਨਹੀਂ ਸੀ ਉਹਨੂੰ ਤਾਣ ਦਿੱਤਾ ਸੱਚੇ ਪਾਤਸ਼ਾਹ ਜਿਹਦੀ ਓਟ ਕੋਈ ਨਹੀਂ ਸੀ ਉਹਨੂੰ ਤੁਸੀਂ ਓਟ ਦਿੱਤੀ ਆਪਣੇ ਚਰਨਾਂ ਵਿੱਚ ਮੈਨੂੰ ਆਸਰਾ ਬਣਾਇਆ ਤੁਹਾਡੇ ਚਰਨਾਂ ਦਾ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਦੇਖੋ ਕਿੰਨੀ ਕੁ ਗਰੀਬੀ ਹੈ ਸੱਚੇ ਪਾਤਸ਼ਾਹ ਤੁਸੀਂ ਕੀੜੇ ਨੂੰ ਥਾਪ ਕੇ ਤਖ਼ 'ਤੇ ਬਿਠਾ ਦਿੱਤਾ ਐਡੇ ਐਡੇ ਮਾਣ ਤਾਂ ਨਹੀਂ ਮਿਲਦੇ ਜੇ ਇੰਨੀ ਗਰੀਬੀ ਹੋਵੇ ਅੰਦਰ ਨੀਵੇਂ ਥਾਂ ਭਰਦੇ ਨੇ ਬਾਰਿਸ਼ਾਂ ਨਾਲ ਟਿੱਬੇ ਤਾਂ ਵਿੱਚੋਂ ਸੁੱਕੇ ਦੇ ਸੁੱਕੇ ਉੱਤੋਂ ਮਾੜਾ ਜਿਹਾ ਥੋੜ੍ਹਾ ਜਿਹਾ ਗਿੱਲਾ ਜਿਹਾ ਹੁੰਦਾ ਪਾਣੀ ਸਭ ਰੁੜ ਜਾਂਦਾ ਉੱਚੇ ਥਾਵਾਂ ਤਾਂ ਹੀ ਫਰੀਦ ਕਹਿੰਦਾ ਫਰੀਦਾ ਮਨ ਮੈਂ ਦਾਨ ਕਰ ਟੋਏ ਟਿੱਬੇ ਲਾਹੇ ਅੱਗੇ ਮੂਲ ਨਾ ਵੀ ਦੋਜਕ ਸੰਧੀ ਭਾਏ ਹੰਕਾਰ ਦੇ ਟਿੱਬੇ ਵੀ ਦੂਰ ਕਰ ਅਤੇ ਜਿਹੜੇ ਨੀਵੇਂ ਖਿਆਲਾਂ ਦੇ ਟੋਏ ਨੇ ਨਾ ਤੇਰੇ ਮਨ 'ਚ ਨੀਵੇਂ ਪਾਸੇ ਨੂੰ ਜਾਂਦਾ ਉਹ ਵੀ ਦੂਰ ਕਰ ਤਾਂ ਜਾ ਕੇ
ਕਿਰਪਾ ਹੋਏਗੀ। ਗੁਰੂ ਰਾਮਦਾਸ ਮਹਾਰਾਜ ਹੁਣ ਹੁਕਮ ਕੀਤਾ, ਤੁਸੀਂ ਪੁਰਖਾ ਅੰਮ੍ਰਿਤਸਰ ਨਗਰ ਵਸਾਉਣਾ, ਸੇਵਾ ਕਰਾਉਣੀ ਹੈ। ਨਾਲ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਸਰੋਵਰ, ਪੂਰਨ ਤਾਲ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਭਾਈ ਗੁਰਦਾਸ ਜੀ ਦਾ ਬਚਨ ਹੈ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੇ, ਬੈਠਾ ਸੋਢੀ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ, ਗੁਰੂ ਰਾਮਦਾਸ ਮਹਾਰਾਜ ਅੰਮ੍ਰਿਤਸਰ ਜੋਤ ਜਗਾਉਂਦੇ ਨੇ, ਸੇਵਾ ਕਰਦੇ ਨੇ ਗੁਰਸਿੱਖ ਗੁਰਚਰਨਾਂ 'ਚ। ਜਿਹੜੀ ਸੇਵਾ ਕੋਈ ਇੱਛਾ ਲੈ ਕੇ ਕਰਦਾ ਉਹਦੀ ਪੂਰੀ ਹੁੰਦੀ ਹੈ, ਸੇਵਾ ਹੈ ਨਾ। ਇੱਕ ਮਾਲਵੇ ਦਾ ਬਾਬਾ ਬੜਾ ਵੱਡਾ ਜੰਗੀਰਦਾਰ, ਕਿਲਿਆਂ ਵਰਗੇ ਘਰ, ਹਾਥੀ ਘੋੜਿਆਂ ਦੇ ਤਬੇਲੇ, ਨੌਕਰ ਚਾਕਰ, ਪਰ ਲਾਦ ਨਹੀਂ ਇਹਦੇ ਘਰ। ਇਹਨੂੰ ਗੁਰੂ ਰਾਮਦਾਸ ਮਹਾਰਾਜ ਦਾ ਸੇਵਕ ਸਿੱਖ ਮਿਲਿਆ, ਗੁਰਚਰਨਾਂ ਵਿੱਚ ਲਿਆਇਆ, ਬੇਨਤੀ ਕੀਤੀ, ਮਹਾਰਾਜ ਇਹ ਮਾਲਵੇ ਦਾ ਬਾਬਾ ਆਦਮ, ਇਹਦੇ ਘਰ ਲਾਦ ਨਹੀਂ, ਕਿਰਪਾ ਕਰੋ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇਹਦੇ ਕਰਮਾਂ 'ਚ ਲਾਦ ਹੈ ਨਹੀਂ। ਮੁੜੇ ਜਾਂਦੇ ਬਾਬਾ ਬੁੱਢਾ ਸਾਹਿਬ ਮਿਲ ਪਏ, ਬਾਬਾ ਅਰਦਾਸ ਮੁੜਿਆ ਜਾਂਦਾ, ਇੱਥੋਂ ਤਾਂ ਲੋਕ ਰੋਂਦੇ ਆਉਂਦੇ ਨੇ, ਹੱਸਦੇ ਜਾਂਦੇ ਨੇ। ਬਾਬਾ ਆਦਮ ਕਹਿੰਦਾ ਗੁਰੂ ਰਾਮਦਾਸ ਮਹਾਰਾਜ ਨੂੰ ਬੇਨਤੀ ਕੀਤੀ ਸੀ, ਉਹ ਕਹਿੰਦੇ ਤੇਰੇ ਕਰਮਾਂ 'ਚ ਲਾਦ ਨਹੀਂ ਹੈ। ਧੰਨ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਬਾਬਾ ਤੇਰੀ ਉਮਰ ਹੋ ਗਈ 60 ਸਾਲ, ਬੇੜਾ ਤਾਂ ਤੇਰਾ ਕਿਨਾਰੇ ਲੱਗ ਹੀ ਗਿਆ, ਉਂਝ ਵੀ ਸਰੀਰ ਸੰਸਾਰ ਨੂੰ ਛੱਡ ਕੇ ਜਾਣਾ ਹੈ, ਜੇ ਤੂੰ ਸਾਡੀ ਬੇਨਤੀ ਮੰਨੇ ਤੂੰ ਸੇਵਾ ਕਰਨ ਲੱਗ ਜਾ ਇੱਥੇ। ਜੇ ਗੁਰੂ ਖੁਸ਼ੀ ਦੇ ਘਰ 'ਚ ਆ ਗਿਆ ਦਾਤਾਂ ਵੀ ਦੇ ਦੇਣਗੇ, ਨਹੀਂ ਤਾਂ ਤੇਰਾ ਜਨਮ ਸਫਲਾ ਹੋ ਜਾਏਗਾ। ਕਮਾਈ ਵਾਲੇ ਬਚਨ ਸਾਧ ਸਿੰਘ ਜੀ ਹਿਰਦੇ 'ਤੇ ਅਸਰ ਕਰ ਗਏ, ਕਮਰਾ ਲੈ ਲਿਆ ਅੰਮ੍ਰਿਤਸਰ, ਘਰ ਵਾਲੀ ਭਾਂਡੇ ਮਾਂਜਦੀ ਹੈ ਲੰਗਰ 'ਚ, ਬਾਬਾ ਆਦਮ ਜੰਗਲ 'ਚੋਂ ਲੱਕੜਾਂ ਵੱਢ ਕੇ ਲਿਆਉਂਦਾ ਹੈ। ਕੁਛ ਸਮਾਂ ਇਸ ਤਰ੍ਹਾਂ ਸੇਵਾ ਕਰਦਿਆਂ ਗੁਜ਼ਰਿਆ, ਜਦੋਂ ਟਾਈਮ ਲੱਗਦਾ ਦੋ ਭਰੇ ਲੰਗਰ 'ਚ ਲੱਕੜਾਂ ਦੇ ਲੈ ਆਉਂਦਾ, ਵੀ ਕਿਤੇ ਮੌਸਮ ਖਰਾਬ ਹੋ ਜਾਏ, ਮੀਂਹ ਕਣੀ, ਸੇਵਾ 'ਚ ਨਾਗਾ ਨਾ ਪਵੇ, ਘਰੇ ਲਿਆ ਕੇ ਰੱਖ ਲੈਂਦਾ ਲੱਕੜਾਂ ਦਾ ਭਰਾ। ਦਿਵਾਲੀ ਦਾ ਤਿਉਹਾਰ ਆ ਗਿਆ, ਬਹੁਤੀਆਂ ਬਿਲਡਿੰਗਾਂ ਅਜੇ ਬਣੀਆਂ ਨਹੀਂ ਸਨ, ਇਕੱਠ ਬਹੁਤ ਜ਼ਿਆਦਾ ਦਿਵਾਲੀ ਦਾ, ਦਿਵਾਲੀ ਨੂੰ ਇਹ ਗੱਲ ਬਣੀ ਹੋਈ ਹੈ, ਰੋਟੀ ਘਰ ਦੀ, ਦਿਵਾਲੀ ਅੰਮ੍ਰਿਤਸਰ ਦੀ। ਆ ਕਈ ਹੁਣ ਇਹ ਵੀ ਫਰਕ ਪਾ ਰਹੇ ਨੇ, ਕਹਿੰਦੇ ਦਿਵਾਲੀ ਨੂੰ ਆਈ ਹੀ ਨਹੀਂ ਛੇਵੇਂ ਪਾਤਸ਼ਾਹ ਮਹਾਰਾਜ, ਹਰ ਗੱਲ 'ਚ ਫਰਕ ਪਾਇਆ ਜਾ ਰਿਹਾ। ਇਹ ਜਿਹੜੇ ਪਾਤਸ਼ਾਹੀ ਸਰੂਪ ਲਿਖੇ ਜਾ ਰਹੇ ਨਾ ਗੁਰੂ ਗ੍ਰੰਥ ਸਾਹਿਬ ਦੇ, ਇਹਨਾਂ ਦੇ ਵਿੱਚ ਬਹੁਤ ਅੱਖਰਾਂ ਦਾ ਫਰਕ ਪਾਤਾ ਛਾਪੇ 'ਚ, ਹੌਲੀ ਹੌਲੀ ਇੱਕ ਇੱਕ ਕਿੱਟ ਕੱਢ ਰਹੇ ਨੇ, ਵੀ ਕੰਧ ਆਪੇ ਡਿੱਗ ਪੈਗੀ, ਫਿਰ ਆਪਾਂ ਅੱਖਾਂ ਮੀਟ ਛੱਡੀਆਂ। ਆਪਾਂ ਤਾਂ ਅਖੰਡ ਪਾਠ ਕਰਾਉਂਦੇ, ਜੀ ਇੱਕ ਨਹੀਂ ਕੋਲ ਬੈਠਾ ਹੁੰਦਾ, ਆਪਾਂ ਨੂੰ ਕੀ ਪਤਾ ਕਿਹੜੇ ਅੱਖਰ ਹੈਗੇ ਨੇ ਵਿੱਚ, ਕਿਹੜੇ ਨਹੀਂ ਹੈਗੇ। ਅਖੰਡ ਪਾਠ ਕਰਾਇਆ ਬਸ, ਸੁਣਿਆ ਇੱਕ ਵੀ ਨਹੀਂ ਕੋਲ ਬਹਿ ਕੇ, ਰੋਟੀਆਂ ਬਹਿਰੇ ਪਕਾ ਕੇ, ਭਾਂਡੇ ਹੋਰ ਮਾਂਜ ਗਏ, ਪਾਠ ਪਾਠੀ ਕਰ ਗਏ, ਘਰ ਵਾਲਿਆਂ ਦੀ ਤਰੀਕ 'ਚ ਫਰਕ ਹੀ ਨਹੀਂ ਪਿਆ,
प्रेस खराब ही नहीं हुई घर देने कपड़े नहीं की मिलेगा, बस वो त्रीज ही रह जूगी जी प्रेस जी, होर तो कुछ नहीं है। लत लगता ना संगत दे भांडे मांजे, ना लंगर पकाया, ना वरताया, रब नू माया नाल खरीदी फिरदी दुनिया रुपया नाल। अमीर लै जाणगे रब नू, आपां ते फिर मातल रह जाएंगे, उन्होंने ज्यादा दे देनी, रब ने उधर तुर जाने माया नाल। नहीं, वो प्रेम नाल मिलता, माया नाल नहीं मिलता। सो सतसंग जी बहुते फर्क पाया जा रहा इतिहास विच, गुरु के स्थानां ते, गुरु के सरोवरां ते, गुरु के निशानां ते, सत पुरशां ते, कार सेवा वाले वालियां ते, प्रचार सेवा वालियां ते। एक चलिया होया कि महकमा जे इसे काम दी, तीन किताबां पढ़ते ने, छे महीनों च उन्हों का कोर्स खत्म हो जाता, बस फिर आही प्रचार करते ने निंदिया गुरु के स्थाना ते, गुरु के इतिहास ते, आही बस प्रचार होंदा उन्हां दा। जे वो निंदिया ना ना करन रोटी नहीं हजम होंदी उन्हां नूं, वो समझदे इस गल नूं प्रचार ने भी जिथे मार दी जूरी च आपां किसी सतपुरश की किसी गुरमुख की निंदिया ना ना करी, प्रचार कादा होया फिर वो। तो पांच चार बंदे ये भी कह दें भाई साहब अज तो सिरे लाती, क्योंकि बैठे होंगे ना खरीदने वाले, निंदे वाला व्यापार पांच चार होंगे ने सब थां थी, क्योंकि ता करते ने आप सुनते हैं, जे ना सुनिए करन किवें। यह भी कम चलिया होया सतसंग जी। दिवाली का त्यौहार आ गया, बहुत कट है कमरिया की, इन्नी अजे है नहीं सी प्रबंध, कणिया पैन लग गई, ठक्का कणिया पैंदियां नाले हवा चलती है, ठंड महसूस कर रही है संगत। बाबे आदम नूं गुरु मार ने प्रेरिया, घरों जिहड़ियां लकड़ां पईयां सी चक लिया, सरोवर दियां परिक्रमा चग बाल दित्ती, संगत ज्यादी सी, जिहड़ा मकान खरीदिया सी उहदी छत देड़ लिआंदी, दरवाजे त खिड़कियां देड़ लिआंदियां, जिड्डी दात लैनी है फिर उड्डी घालना भी घालनी पैंदी। ये थोड़ा भी दस पैसे दुकानदार नूं दे खेस विछा देंगे, आ पंड बन दे सौदे दी, उन्ने ही दोगा जिन्ने क पैसे तली दे तरोंगे। पर आपां तां चलाकी करदे ना, रब नाल सेवा थोड़ी, मांगण बहुता, महल ना पावै कह तो पहुता। मिस्त्री नूं कहिंदे ने 10 फुट थां है, 40 फुट दा हाल बना दे इत्थे, वह कहिंदा बनना नहीं, 10 फुट दा बन सकदा बस, उड्डे कमरा बनेगा ना जिन्ना थां है। पर महाराज कहिंदे ने, कहिंदे ने वड्डा हाल बना, जगह भावें 9.5 फुट ही है, उन्नी बनेगा भाई जिन्नी जिन्नी क जगह है। गंढा दे के संडा मंगन लग पैंदा महाराज तो, लिआउंदा एक गंढा है ते अरदास करदा संडा दे दिओ महाराज, एक थैली दे के हवेली मंगदा महाराज तो। चल गुरु दयालू है, दे भी दिंदा, पर यह तो है तो मर्यादा तो उल्टा ही काम। चलो जिहदे कोल नहीं है वह तो थैली भी ना दे तां भी गुरु दे दूगा, तो जिहड़े ठेके दे ते ज़्यादा जा के भेटा करदे ने सेवा वास्ते, फिर सलाह करांगे, फिर दसांगे। उधर नूं किहदे नाल सलाह करके जाना हुंदा, पुछदा करदिआं नूं, लाहे कू तू ढीला ढीला, तोटे को बेग धाया। जिथे लाहे दा कम है उत्थे फिक्र लग जांदा है, जिथे घाटे वाला भज भज के जाना उधर नूं, सारी परिक्रमा चग बालती, सारी रात संगतां ने बाणी पढ़ के आनंद नाल गुजारी। दिन चढ़ गया, बुलाया गुरु रामदास मार ने मुखी गुरसिखा नूं, कहिंदे भई रात संगत नूं बड़ा औखा होया होना है, कणियां पैंदियां सी, हवा चलदी सी। नहीं महाराज, बड़े आनंद नाल रात गुजरी।
मालवे तो बाबा आत्म आया, उन्हें बहुत संगत की सेवा की है महाराज। घरों लकड़ा लिया के परिक्रमा चग बाल दिती महाराज, संगत ज्यादा सी, लकड़ा थोड़िया सन। फिर घर के दरवाजे खिड़कियां छत भी देड़ लियांदी महाराज उन्हें। सुन के गुरसिखां तो गुरु जाणदा तां पहलां वी सी, पर दसना सी भी किवें वस्तुआं मिलदियां हुंदियां ने। खुशी दे घर जा के कहिंदा किहड़ा बाबा आदम बुलाओ, बुला लिया। बीबा दाड़ा 60 साल तो उपर उमर, घरवाली दा सिर चिट्टा, बाबा आदम तू संगत नूं खुश कर लिया सेवा करके, कोई ऐसी देह वस्तु नहीं जिहड़ी तैनूं गुरु नानक दे घरों ना मिले, मंग। संगत बैठी सी, शर्मा गया। संगत आखेगी बुढ़े बारे हुण पुत्तर मंगदा गुरु तो। महाराज सिक्खी दी दात, नाम दी दात दे दिओ। महाराज कहिंदे वी बख्शी तैनूं, तेरे अंदर इच्छा होर है बाबा आदम, कल नूं दस दी तूं। इन्नी दया दे घर च आ गए। घर वाली जा के बाबा आदम कहिंदा महाराज कहिंदे सी मंग लै, पर मैं शर्मा गया। ये माइयां रब रजाइयां ना, गुरु तेग बहादुर मार दियां, इन्हां नूं खुशियां मिलियां होईयां, वर दित्ते ने इन्हां नूं गुरुआं ने। माइयां रब रजाइयां, भगती लाइयां, भगती भी दित्ती है, कल्लियां रब रजाइयां नहीं आखियां, पर जिहड़ियां गुरु घर की सेवा कर दियां। आ जिहड़े धागे वाले पासे जांदियां झोले लै लै के, ये तां भुखियां मरनगियां, रजाइयां नहीं हैगियां इह, क्योंकि पुठे राह तुर पईआं ना इह। आप भी फिर भाई गुरदास कहिंदा भूतन पै पूत मंगै, होत ना सपूती कऊ, जी को परत संसो, त्यागै हूँ ना त्यागई। भूतां वाले तो पुत्र मंगण वाली कभी सपुत्ती नहीं हुई है। ऐस घरों झोलियां भर भर के मिलदियां ने दातां दियां, बस भरोसा रखे छड़े ना कर। माई कहिंदी मैनू लै के चलो, मैं मंगांगी मारत तो पुत्र। दूजे दिन बाबे आदम दे घर वाली नाल आ के मत्था टेकिया, गुरु रामदास महाराज कहिंदे मंग लो, की मंगना गुरु नानक दे घरों, जो मंगोगे मिल जाए। ये माई पहले ही बोल पी, सच्चा पाशाह तू बिना बोले ही जानदा सारा कुछ, जे साथों ही अखवाना है। असी तो पुत्र दी इच्छा रख के सेवा करते से। चुप कर गए गुरु रामदास मां ने, कहता सी पहला तेरे कर्मा च है ही नहीं, तो हुण वचन दे चुके ने, जो मंगोगे मिलेगा। किन्ना चिर चुप बैठे रहे गुरु रामदास महाराज। कहिंदे बाबा आदम हुण तैनूं वचन दे चुक्या, तू सेवा करके संगत नूं खुश कर लिया। साडे घर 3 साहिबजादे ने जन्म लै लिया, पिरथी चंद, महादेव ते गुरु अर्जन देव जी। हुण असी भगती दे अंश विचों, अपनी भगती दे अंश विचों तैनूं पुत्तर दिंदे आ। वो तेरे घर जा के जन्म लैगा हुण, उहदा नाम भाई भगतू रखी। आप पहला नाम रख रहे ने, उहदा नाम रखना भाई भगतू। वो जन्म तो शक्तियां वाला होएगा बाबा आदम, शक्तियां वाला होएगा जन्म तो ही। छोटा जिहा भाई भगतू अपनी माँ दे मगर तुरिया जांदा, सुक्का छप्पड़ त्रेड़ां पाटियां होईयां डले, ते कहिंदा माँ प्यास लगी है। कहिंदी भगतूआ तो सुक्का टोबा इत्थे किथे पानी है। भगतू ने डला पटिया, थल्लों पानी आ गया, पी लिया। उत्थे डला नहीं रखा, टोबा बन गया भाई भगतू का टोबा। बठिंडे दे इलाके 12 महीने कदे सुक्या ही नहीं है। आ जिहड़े कहिंदे ना दिमाग फिरे वाले, दिखाओ करामात, किन्नियां को दिखाइए। डला पटिया सी भाई भगतू ने, पानी निकल आया सी, मुड़ के टोबा सुक्या नहीं अज तक। भाई भगतू का टोबा मशहूर है, शक्तियां वाला होएगा। ये कर 2 पुत्र पैदा होणगे, भाई जीवन ते गौरा।
ਜਿਹੜੇ ਸੱਤਵੇਂ ਪਾਤਸ਼ਾਹ ਦੇ ਸਿੱਖ ਹੋਣਗੇ। ਸੋ ਸਾਧ ਸੰਗਤ ਜੀ ਫਿਰ ਬਾਬੇ ਆਦਮ ਦੀ ਸੇਵਾ 'ਤੇ ਖੁਸ਼ ਹੋ ਕੇ ਆਪਣੀ ਅੰਸ਼ ਬੰਸ਼ ਵਿੱਚੋਂ ਪੁੱਤਰ ਦਿੱਤਾ ਭਾਈ ਭਗਤੂ। ਟਾਈਮ ਤਾਂ ਹੋ ਗਿਆ ਸਮਾਪਤੀ ਦਾ। ਪੰਜਵੇਂ ਪਾਤਸ਼ਾਹ ਨੂੰ ਸਿੱਖ ਕਹਿੰਦੇ ਮਹਾਰਾਜ ਲੱਕੜਾਂ ਥੋੜ੍ਹੀਆਂ ਰਹਿ ਗਈਆਂ ਨੇ ਅਤੇ ਝੜੀ ਲੱਗੀ ਹੈ ਬੜੇ ਦਿਨਾਂ ਦੀ, ਬੰਦ ਹੋਣ 'ਚ ਹੀ ਨਹੀਂ ਆਉਂਦੀ ਅਤੇ ਬਾਲਣ ਮੁੱਕ ਗਿਆ, ਬੜਾ ਔਖਾ ਹੋਣਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਹਦਾ ਲੰਗਰ ਹੈ ਗੁਰੂ ਨਾਨਕ ਆਪ ਹੀ ਕਿਰਪਾ ਕਰ ਦੇਣਗੇ। ਭਾਈ ਸਾਲੋ ਇਹ ਵੀ ਸੁਣਦਾ ਸੀ ਪਿਆ, ਇਹ ਨਹੀਂ ਵੀ ਕਹੇ ਤੇ ਸੇਵਾ ਕਰਨੀ ਚਾਹੀਦੀ। ਜਿਹੜਾ ਸ਼ਰਧਾਲੂ ਉਹਨੂੰ ਤਾਂ ਇਸ਼ਾਰਾ ਹੋਣਾ ਚਾਹੀਦਾ ਵੀ ਮੌਕਾ ਮਿਲ ਗਿਆ, ਉਹਨੂੰ ਖੁਸ਼ੀਆਂ ਲੈ ਲਈਏ। ਭਾਈ ਸਾਲੋ ਨੇ ਗੱਡਾ ਜੋੜ ਲਿਆ, ਅੰਮ੍ਰਿਤਸਰ ਦਾ ਅੰਮ੍ਰਿਤਸਰ ਦੀਆਂ ਗਲੀਆਂ 'ਚ ਹੋਕਾ ਦਿੰਦਾ ਫਿਰਦਾ। ਹੋਕਾ ਜਿਹੜਾ ਇੱਕ ਪਾਥੀ ਦੇ ਦੇਗਾ ਨਾ ਲੰਗਰ ਵਾਸਤੇ, ਇੱਕ ਲੱਕੜ ਵੀ ਦੇ ਦੇਗਾ, ਉਹਨੂੰ ਗੁਰੂ ਨਾਨਕ ਦੇ ਘਰੋਂ, ਗੁਰੂ ਰਾਮਦਾਸ ਮਾਰ ਦੇ ਘਰੋਂ ਦਾਤਾਂ ਮਿਲ ਜਾਣਗੀਆਂ। ਗੱਡਾ ਲਈ ਫਿਰਦਾ ਗਲੀਆਂ 'ਚ, ਕਿਸੇ ਨੇ ਟੋਕਰਾ ਪਾਥੀਆਂ ਸਿੱਟਤਾ, ਕਿਸੇ ਨੇ ਮੁੱਢ ਸਿੱਟਤਾ, ਕਿਸੇ ਨੇ ਕੋਈ ਖੜਪਾੜ ਸਿੱਟਤੀ, ਗੱਡੇ ਭਰ ਭਰ ਕੇ ਬਾਲਣ ਦੇ ਲਿਆ ਕੇ ਭਾਈ ਸਾਲੋ ਨੇ ਢੇਰ ਲਾ ਤੇ, ਨਾਲੇ ਹੋਕਾ ਦਿੰਦਾ ਫਿਰਦਾ। ਪੰਜਵੇਂ ਪਾਤਸ਼ਾਹ ਨੂੰ ਸਿੱਖ ਕਹਿੰਦੇ ਮਹਾਰਾਜ ਕੱਲ੍ਹ ਤਾਂ ਬਾਲਣ ਮੁੱਕਣ ਵਾਲਾ ਹੀ ਸੀ, ਅੱਜ ਤੁਹਾਡੀ ਕਿਰਪਾ ਹੋਊਗੀ, ਢੇਰ ਲੱਗੇ ਪਏ ਨੇ, ਕਿੱਧਰੋਂ ਆ ਗਿਆ। ਇੱਕ ਸਿੱਖ ਕਹਿੰਦਾ ਮਹਾਰਾਜ ਕੱਲ੍ਹ ਸਾਲੋ ਹੋਕਾ ਦਿੰਦਾ ਫਿਰਦਾ ਸੀ ਅੰਮ੍ਰਿਤਸਰ ਦੀਆਂ ਗਲੀਆਂ 'ਚ, ਪਾਥੀ ਦੇ ਦੇਗਾ ਇੱਕ ਪਾਥੀ, ਇੱਕ ਦਾਤ ਮਿਲ ਜਾਏਗੀ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਦੇ ਘਰੋਂ, ਪਾਥੀ ਬਦਲੇ ਪੁੱਤਰ। ਬੁਲਾ ਲਿਆ ਪੰਜਵੇਂ ਪਾਤਸ਼ਾਹ ਨੇ, ਸਾਲੋ ਉਹ ਮੈਨੂੰ ਪੁੱਛਿਆ ਸੀ ਤੂੰ ਆ ਜਿਹੜਾ ਪਾਥੀ ਦੇ ਬਦਲੇ ਦਾਤਾਂ ਦਿੰਦਾ ਫਿਰਦਾ ਸੈ ਕੱਲ੍ਹ ਗਲੀਆਂ 'ਚ, ਮੈਨੂੰ ਪੁੱਛ ਕੇ ਉੱਕਾ ਦਿੰਦਾ ਸੈ। ਭਾਈ ਸਾਲੋ ਕਹਿੰਦਾ ਮਹਾਰਾਜ ਪੁੱਛਾਂ ਤਾਂ ਜਾਂ ਤੇਰੇ ਘਰ ਘਾਟਾ ਹੋਵੇ ਕਿਸੇ ਗੱਲ ਦਾ, ਇੱਥੇ ਤਾਂ ਇਹ ਉਹ ਘਰ ਹੈ ਜਿੱਥੇ ਪਾਥੀਆਂ ਦੇ ਬਦਲੇ ਵੀ ਪੁੱਤਰ ਮਿਲਦੇ ਹੁੰਦੇ ਨੇ ਸਾਧ ਸਿੰਘ। ਫਿਰ ਪਤਾ ਨਹੀਂ ਕੀ ਪੁੱਠੀ ਪਈ ਆਪਾਂ ਨੂੰ, ਕਦੇ ਕਿਤੇ ਨੱਕ ਰਗੜਦੇ ਫਿਰਦੇ ਨੇ, ਕਿਤੇ ਮੱਥੇ ਟੇਕਦੇ ਫਿਰੀ ਜਾਂਦੇ ਨੇ। ਉੱਥੇ ਜਾਓ ਜਿੱਥੇ ਮੁੜ ਕੇ ਹੋਰ ਥਾਂ ਜਾਣਾ ਨਾ ਪਵੇ, ਧੰਨ ਗੁਰੂ ਨਾਨਕ ਦਾ ਘਰ ਸਭ ਤੋਂ ਵੱਡਾ, ਸਤਿਗੁਰ ਨਾਨਕ ਜਿਨ ਕਲ ਰਾਖੀ ਮੇ। ਸੇਵਾ ਕਰੀਏ ਗੁਰੂ ਘਰ ਦੀ ਸੰਗਤ ਦੀ, ਗੁਰੂ ਵਾਲੇ ਬਣੀਏ, ਸਿਮਰਨ ਕਰਕੇ ਸੇਵਾ ਕਰਕੇ ਜਨਮ ਸਫਲਾ ਕਰੀਏ ਜੀ। ਹੋਈਆਂ ਭੁੱਲਾਂ ਦੀ ਖਿਮਾ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਆਨੰਦ ਸਾਹਿਬ ਦਾ ਪਾਠ 3 ਹਿੱਸਿਆਂ 'ਚ, ਫਿਰ ਅਰਦਾਸ, ਹੁਕਮਨਾਮਾ ਸਾਹਿਬ ਸਰਵਣ ਕਰਕੇ ਮਹਾਂਪੁਰਸ਼ਾਂ ਦਾ ਆਪਾਂ ਸਨਮਾਨ ਕਰਨਾ ਹੈ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪ ਸਾਦੇ ਵਸਤਰ ਪਾਉਣੇ, ਟੁੱਟੇ ਜੋੜੇ ਪਾਉਣੇ, ਗੁਰੂ ਘਰ ਦੀਆਂ ਸਰਾਵਾਂ ਹਾਲ ਬਣਾਉਣੇ, ਲੰਗਰ ਚਲਾਉਣੇ, ਇਹਨਾਂ ਦਾ ਗੁਰੂ ਘਰ ਦੇ ਵਿੱਚ ਮਾਣ ਸਨਮਾਨ ਜਿੰਨਾ ਹੋਵੇ ਉਨਾ ਥੋੜ੍ਹਾ ਹੈ। ਸੋ ਫਿਰ ਜਿਨ੍ਹਾਂ ਨੇ ਸੇਵਾ ਕੀਤੀ ਸੇਵਕਾਂ ਨੇ, ਆ ਬਾਹਰੋਂ ਇੱਕ ਸੇਵਾਦਾਰ ਰੋਜ਼ ਲੰਗਰ ਦੀ ਸੇਵਾ ਗੁਰੂ ਘਰ ਦੀ, ਇਹ ਜਰਮਾਣੇ ਵਾਲੇ ਜਦੋਂ ਕਹਿਣ ਲੱਗੇ ਨਾ ਜੀ ਹੁਣ ਕੋਈ ਆਖੇ ਤਾਂ ਲੱਗਦਾ ਨਹੀਂ ਸੇਵਾ ਨਹੀਂ ਲੱਗਦਾ ਜੀ, ਫਿਰ ਜਿੰਨੇ ਬਾਹਰ ਸੀ ਇਸ ਨਗਰ ਦੇ ਉਹ ਕਹਿੰਦੇ ਦੁਆਨਾ ਬੰਦ ਕਰ ਦਿਓ, ਅਸੀਂ ਛੋਟੇ ਹੁੰਦੇ ਅਰਦਾਸਾਂ ਕਰਦੇ ਰਹੇ ਹਾਂ ਵੀ ਸੇਵਾ ਕਰਿਆ ਕਰਾਂਗੇ। ਆ ਰੋਜ਼ ਇੱਕ ਸਿੰਘ ਸੇਵਾ ਲੈ ਲੈਂਦੇ ਲੰਗਰ ਦੀ ਗੁਰੂ ਘਰ ਦੀ। ਇਹ ਤਾਂ ਹੁਣ ਜ਼ਿਆਦਾ ਫਰੀ ਮੇਲਾ ਜ਼ਿਆਦਾ ਦੇਖਦੇ ਨੇ, ਸੇਵਾ ਇਹਨਾਂ ਨੂੰ ਥੋੜ੍ਹੀ ਕਰਨ ਦੀ ਮੌਕਾ ਮਿਲਦਾ, ਬਾਹਰਲੀ ਸਾਰੀ ਸੇਵਾ ਕਰਦੇ ਨੇ। ਸੋ ਆਓ ਨਾਨਕ ਸਾਹਿਬ ਦੇ ਪਾਠ ਵਿੱਚ ਹਾਜ਼ਰੀ ਲਾਓ, ਫਿਰ ਅਰਦਾਸ ਵੀ ਜੁੜਾਂਗੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਬਦੋ ਤਾਂ ਗਾਵੋ
ਹਰੀ ਕੇਰਾ ਮਨ ਜਨੀ ਵਸਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਨਿਸਾਰਨਾ ਨਾਨਕ ਮਨ ਮੇਰੇ ਸਦਾ ਰੋ ਹਰ ਨਾਲ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਮਨ ਵਸਿਆ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਪੰਚ ਦੂਤ ਤੁਦਵਸ ਕੀਤੇ ਕਾਲ ਕੰਠ ਕੁਮਾਰਿਆ ਅਣਦ ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰੇ ਹੰਤ ਸਾਜਨ ਭੈ ਸਰ ਤੇ ਪੂਰੇ ਗੁਰ ਤੇ ਜਾਣੀ ਚਲੋ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ